ਤਨ ਅਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨ ਹੈ ਬੁਲਾਏ ਸੁਖ ਸਹਜ ਸੇਤੀ ਘਰ ਆਓ आनंद मंगल गुण गाऊ सहज धुन नेह चल राज कमाऊ जिन तुम भेजे तिनहैं बुलाए सुख सहज सेती कर आओ आनंद मंगल गुण गाऊ सहज तुन नेह चल राज कमाऊ तुम कर आवो हो मेरे मीत तुमरे दोखी हर आप निवारे ਅਪਦਾ ਭਈ ਬੇਤੀਤ ਤੁਮ ਘਰ ਆਵੋ ਮੇਰੇ ਮੀਤ ਧੰਮਰੇ ਦੋਖੀ ਹਰਿ ਆਪ ਨਿਵਾਰੇ ਸਤਗੁਰੂ ਪਾਤਸ਼ਾਹ ਮਹਰਦੀ ਪਾਵਨ ਪਾਣੀ ਵਿੱਚ ਆਪਾਂ ਇੱਕ ਫਰਮਾਨ ਪੜਦੇ ਹਾਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕੋ ਜਹਾਨੇ ਜਿਹਨੂੰ ਆਮ ਆਪਾਂ ਆਪਣੀ ਦੁਨਿਆਵੀ ਭਾਸ਼ਾ ਦੇ ਵਿੱਚ ਇੱਕ ਅਖਾਂਡ ਬੋਲਦੇ ਆ ਅੱਖੇ ਧੀਰੂ ਸਮਝਾਵੇ ਨੂ ਨੂੰ ਇਸੇ ਪ੍ਰਕਾਰ ਅੱਜ ਦਾ ਜੋ ਪਾਵਨ ਪਵਿੱਤਰ ਫਰਮਾਨ ਹੈ ਨਾ ਸਤਿਗੁਰੂ ਪੰਚਮ ਪਾਤਸ਼ਾਹ ਮਨ ਸਾਡੇ ਤੇ ਕਿਰਪਾ ਕਰਕੇ ਸਮਝਾਇਆ ਗੁਰੂ ਕੇ ਸਿਖਾ ਪੜਕਣਾ ਜਿੰਨਾਂ ਚਰ ਆਪਣੀ ਬਿਰਤੀ ਨੂੰ ਅੰਦਰ ਨਾਲ ਲਿਆਂਦਾ ਉਹਨਾਂ ਤੇਰੀ ਜ਼ਿੰਦਗੀ ਦਾ ਲਕਸ਼ ਪੂਰਾ ਨਹੀਂ ਹੋਣਾ ਬੜਾ ਭਟਕਿਆ ਬੜਾ ਦੌੜਿਆ ਇਸ ਕਰਕੇ ਆਪਣੀ ਸੁਰਤੀ ਨੂੰ ਆਪਣੀ ਬਿਰਤੀ ਨੂੰ ਆਪਣੇ ਅੰਦਰ ਲੇਉਣ ਦਾ ਯਤਨ ਕਰ ਤੇ ਜਿੰਨਾ ਗੁਰਮੁਖ ਖਾਂ ਲਿਆਂਦੀ ਉਹ ਲੋਕ ਤੇ ਭ ਲੋਕ ਵਿੱਚ ਆਪਣੇ ਮੁਖ ਨੂੰ ਉਜਲਾ ਕਰਕੇ ਆਪਣੀ ਜੀਵਨ ਨੂੰ ਸਫਲ ਕਰ ਗਏ ਇਹ ਪਵਿੱਤਰ ਫਰਮਾਨ ਦਾ ਤਾਤ ਪਰਜ ਹੈ ਸਿੱਟਾ ਕਹਿ ਲੋ ਕਈ ਜ਼ਿੰਦਗੀ ਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੇ ਬੰਦੇ ਨੂੰ ਕਦੇ ਭੁੱਲਦੀਆਂ ਨਹੀਂ ਅੱਜ ਦੇ ਫਰਮਾਨ ਦਾ ਮੇਰੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਵੱਡਾ ਹਿੱਸਾ ਹੈ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਮੈਨੂੰ ਇੱਥੇ ਕਥਾ ਦੀ ਪੱਕੇ ਤੌਰ ਤੇ ਡਿਊਟੀ ਬਖਸ਼ੀ 3 ਫਰਵਰੀ 87 ਨੂੰ ਬਤੌਰੇ ਕਥਾਵਾਚਕ ਇਹ ਸੁਖਮਨਾਮੀ ਦੀ ਮੋਦਨ ਕਥਾ ਕੀਤੀ ਔਰ ਉਸ ਮੌਕੇ ਤੇ ਸਕੱਤਰ ਭਾਈ ਸਾਹਿਬ ਭਾਈ ਭਾਨ ਸਿੰਘ ਜੀ ਨੇ ਗੁਰੂ ਕੀ ਬਖਸ਼ਿਸ਼ ਦਾ ਸਰੂਪਾ ਬਖਸ਼ਿਆ ਤੇ ਨਾਲ ਇਹ ਗੁਰੂ ਕੇ ਚਰਨਾਚਰਦਾਸ ਬੇਨਤੀ ਕੀਤੀ ਤੇ ਕਹਿਣ ਲੱਗੇ ਭਾਈ ਸਾਹਿਬ ਗੁਰੂ ਰਾਮਦਾਸ ਤੇਰੇ ਤੇ ਕਿਰਪਾ ਕਰਨ ਇਹ ਸੇਵਾ ਲੈਂਦੇ ਰਹਿਣ ਇਹ ਮੇਰੀ ਜ਼ਿੰਦਗੀ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਪੁੱਤਰ ਹੁਕਮਨਾਮੇ ਦਾ ਗਹਿਰਾ ਪ੍ਰਭਾਵ ਹੈ ਗੁਰੂ ਕੀ ਬਾਣੀ ਵਿੱਚ ਜਿੰਨੇ ਵੀ ਸ਼ਬਦ ਨੇ ਇਹਦੇ ਤਿੰਨ ਪੱਖ ਨੇ ਇਹ ਵਖਰੀ ਗੱਲ ਹੈ ਕਿ ਸਾਡੇ ਚ ਇੱਕ ਭਾਈਚਾਰਾ ਇਹਦੇ ਨਾਲ ਸਹਿਮਤ ਨਹੀਂ ਉਹ ਭੂਮਿਕਾ ਨੂੰ ਨਹੀਂ ਮੰਨਦੇ ਪਰ ਗੁਰਮਖੋ ਹਰ ਗੱਲ ਦਾ ਪਹਿਲਾ ਕਾਰਨ ਹੁੰਦਾ ਹੈ ਮੁੜ ਕੇ ਘਟਨਾ ਤੇ ਉਹਦੇ ਤੋਂ ਬਾਅਦ ਨਤੀਜਾ ਨਿਕਲਦਾ ਹੈ ਇਸ ਪਾਵਨ ਪਵਿੱਤਰ ਫਰਮਾਨ ਦੀ ਜੋ ਸੰਪਰਦਾਇ ਭੂਮਿਕਾ ਗਿਆਨੀ ਦੱਸਦੇ ਨੇ ਉਹ ਇਹ ਹੈ ਕਦੇ ਸੁਲੀ ਚੜ ਕੇ ਆਇਆ ਕਦੇ ਸਲੰਬੀ ਚੜ ਕੇ ਆਇਆ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਪਰਿਵਾਰ ਨੂੰ ਬਨਾਲੀ ਨਗਰ ਜਿਹੜਾ ਗੁਰੂ ਕੇ ਚਰਨ ਪੈਣ ਕਰਕੇ ਗੁਰੂ ਕੀ ਬਨਾਲੀ ਬਣ ਗਿਆ ਉਸ ਥਾਂ ਤੇ ਭੇਜ ਦਿੱਤਾ ਔਰ ਉਸ ਗੁਰੂ ਕੀ ਬਣਾੜੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ ਤਿੰਨਾਂ ਸਾਲਾਂ ਤੋਂ ਬਾਅਦ ਜਦੋਂ ਸਤਿਗੁਰੂ ਪਾਤਸ਼ਾਹ ਦਾ ਪਰਿਵਾਰ ਇੱਥੇ ਆਇਆ ਉਹਨਾਂ ਗਿਆਨੀਆਂ ਦੇ ਮੁਤਾਬਕ ਹਜ਼ੂਰ ਨੇ ਇਹ ਅਸੀਸ ਰੂਪ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਾਨ ਨੂੰ ਹੁਕਮਨਾਮਾ ਬਖਸ਼ਿਆ ਕਰਨ ਲੱਗੇ ਗੁਰਮੁਖਾ ਤੇਰੇ ਤੇ ਵੈਗੁਰੂ ਕਿਰਪਾ ਕਰੇਗਾ ਤੈਨੂੰ ਅਚਲ ਰਾਜ ਦੀ ਪ੍ਰਾਪਤੀ ਗੁਰੂ ਕੀ ਗੁਰਤਾ ਗੱਦੀ ਦੀ ਪ੍ਰਾਪਤੀ ਹੋਵੇਗੀ ਇੱਕ ਇਹ ਭੂਮਿਕਾ ਹੈ ਦੂਸਰਾ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪਰਵਾਰ ਮਉ ਨਗਰ ਵਿੱਚ ਰਿਹਾ ਔਰ ਧੰਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਨਨਕਾਣਾ ਸਾਹਿਬ ਹੋਰ ਜੋ ਗੁਰੂ ਕੇ ਧਾਮ ਸਨ ਉਹਨਾਂ ਅਸਥਾਨਾਂ ਤੇ ਪਹੁੰਚ ਕਰਕੇ ਗੁਰਮਤ ਸੰਦੇਸ਼ ਗੁਰਮਤ ਪ੍ਰਚਾਰ ਕੀਤਾ ਆਪਰੰਥ ਸਤਗੁਰੂ ਪਾਤਸ਼ਾਹ ਇੱਥੇ ਆਏ ਔਰ ਗੁਰੂ ਦਾ ਪਰਿਵਾਰ ਆਉਣ ਤੇ ਗੁਰਦੇਵ ਨੇ ਆਪਣੇ ਪਰਿਵਾਰ ਨੂੰ ਮੁਖਾਤਬ ਕਰਕੇ ਹੁਕਮਨਾਮਾ ਬਖਸ਼ਿਆ ਇਹ ਦੋ ਭੂਮਿਕਾਾਂ ਪ੍ਰਚਲਿਤ ਹਨ ਔਰ ਸਾਰੀ ਸ਼ਬਦਾਂ ਦਾ ਜੋ ਭਾਵ ਹੈ ਉਹ ਅੰਤਰੀਵ ਹੈ ਗੁਰਦੇਵ ਕਹਿੰਦੇ ਵੀ ਗੁਰਮਖੋ ਆਪਣੀ ਵਿਰਤੀ ਨੂੰ ਅੰਦਰ ਲੈ ਆਓ ਇਸ ਪੱਖ ਨੂੰ ਸਮੇਂ ਦੇ ਨਾਲ ਜਿਵੇਂ ਸਮਝਾਉਣਗੇ ਕਿਉਂਕਿ ਅੱਜ ਜੇ ਦੀ ਸੰਗਰਾਂਦ ਦਾ ਦਿਹਾੜਾ ਵੀ ਹੈ ਆਪਾਂ ਉਸ ਪੱਖ ਦੀ ਵਿਚਾਰ ਵੀ ਕਰਨੀ ਹੈ ਹਜ਼ੂਰ ਕਿਰਪਾ ਕਰਨ ਮਨ ਦੀ ਇਕਾਗਰਤਾ ਲਈ ਹੀਲਾ ਕਰਿਏ ਬੋਲੋ ਸਤਨਾਮ ਵਾਹਿਗੁਰੂ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰ ਆਓ ਮੁਖਰਤ ਜਿਨ੍ਹਾਂ ਨੇ ਤੁਹਾਨੂੰ ਬਨਾਲੀ ਨਗਰ ਵਿੱਚ ਭੇਡਣਾ ਕੀਤਾ ਉਹਨਾਂ ਨੇ ਬੁਲਾ ਲਿਆ ਤੇ ਸੁਖ ਦੇ ਨਾਲ ਤੁਸੀਂ ਇਸ ਅਮਰ ਸਾਰੂਪੀ ਘਰ ਵਿੱਚ ਬਸੋ ਇਹਦਾ ਜੋ ਅੰਤਰੀਅ ਅਰਥ ਉਹ ਇਹ ਹੈ ਜਿਸ ਵੈਗਰੂਰੇ ਤੁਹਾਨੂੰ ਇਸ ਸੰਸਾਰ ਰੂਪੀ ਘਰ ਵਿੱਚ ਭੇਜਿਆ ਨਾ ਗੁਰਮੁਖੋ ਬਾਹਰ ਢਟਕਣ ਦੀ بجائے ਮਨ ਨੂੰ ਅਡੋਲ ਕਰਕੇ ਆਪਣੀ ਸੁਰਤੀ ਤੇ ਵਿਰਤੀ ਨੂੰ ਆਪਣੇ ਅੰਦਰ ਕਰਨਾ ਕਰੋ ਆਪਾਂ ਗੁਰਮੁਖੋ ਗੁਰਦਹਾਮਾਂ ਤੇ ਜਾਣਦੇ ਹਾਂ ਗੁਰਦੁਆਰਿਆਂ ਵੀ ਜਾਣਦੇ ਆ ਆਪਾਂ ਕੇਵਲ ਤੇ ਕੇਵਲ ਬਿਲਡਿੰਗਾਂ ਵੇਖਣ ਤੱਕ ਸੀਮਤ ਆ ਇਮਾਰਤ ਪੁਰਾਣੀ ਹੁੰਦੀ ਸੀ ਨਵੀਂ ਬਣ ਗਈ ਫੇਰ ਇੱਕ ਨਵਾਂ ਟ੍ਰੈਂਡ ਚੱਲਿਆ ਕਿ ਕਿਸੇ ਨੇ ਸੱਜੇ ਪਾਸੇ ਨੂੰ ਮੂੰਹ ਕੀਤਾ ਕਿਸੇ ਨੇ ਖੱਬੇ ਪਾਸੇ ਨੂੰ ਫੋਟੋ ਜ਼ਰੂਰ ਲਾਉਣੀ ਵੀ ਯਾਦ ਰਹਿ ਗੁਰਮੁਖੋ ਕੇ ਦੇ ਅੰਦਰ ਦੀ ਫੋਟੋ ਵੀ ਲਾਇਆ ਕਰੀਏ ਮਿੱਟੀ ਦੀ ਫੋਟੋ ਕਾਦੀ ਅੱਜ ਜਵਾਨੀ ਕੱਲ ਬਡਾਪਾ ਮੁੜ ਕੇ ਮੌਤ ਇਹਦਾ ਧਿਆਨ ਕਰਾਂਗੇ ਜਿਸ ਵੈਗਰੂ ਨੇ ਸਾਨੂੰ ਸੰਸਾਰ ਵਿੱਚ ਭੇਜਿਆ ਨਾ ਮੇਰੇ ਪਾਤਸ਼ਾਹ ਕਹਿੰਦੇ ਕਿ ਮਨ ਨੂੰ ਅਡੋਰ ਕਰਕੇ ਆਪਾਂ ਭੜਕਦੇ ਕਦੇ ਐਸ ਪਾਸੇ ਜਾਂਦੇ ਕਦੇ ਐਸ ਪਾਸੇ ਜਾਂਦੇ ਆ ਯਾਦ ਰੱਖਿਆ ਜੇ ਗੁਰੂ ਕੀ ਬਾਣੀ ਦਾ ਇਹ ਬਚਨ ਕਬੀਰ ਸਤਗੁਰੂ ਸੂਰਮੇ ਬਾਹਾਂ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਖ ਜਿਨੂੰ ਗੁਰੂ ਕੇ ਗਿਆਨ ਦਾ ਤੀਰ ਵੱਜ ਗਿਆ ਨਾ ਉਹ ਮੁੜ ਕੇ ਥਾਂ ਥਾਂ ਤੇ ਭੜਕਦਾ ਨਹੀਂ ਉਹਦਾ ਇੱਕ ਥਾਂ ਤੇ ਮਨ ਟਿਕ ਜਾਂਦਾ ਹੈ ਆਨੰਦ ਮੰਗਲ ਗੁਣ ਗਾਓ ਸਹਜ ਧੁਨ ਇਉਂ ਆਨੰਦ ਦਾ ਭਾਵ ਖੁਸ਼ੀ ਦੇ ਨਾਲ ਉਸ ਪ੍ਰਮਾਤਮਾ ਦੀ ਵਡਿਆਈ ਕਰਨਾ ਕਰੋ ਯਾਦ ਰੱਖਿਆ ਜੇ ਗੁਰੂ ਕੀ ਬਾਣੀ ਦੇ ਵਿੱਚ ਗਾਉਣ ਸ਼ਬਦ ਬੜਾ ਆਇਆ ਹੈ ਕਿਤੇ ਗਾਵਨ ਕਿਤੇ ਗਾਉਣ ਕਿਤੇ ਗਾਓ ਇੱਕ ਮੁਸਲਮਾਨ ਕਵੀ ਸ਼ਰਫ ਹੋਇਆ ਉਹਨੇ ਬਹੁਤ ਸੁੰਦਰ ਲਫ਼ਜ਼ ਕਹੇ ਨੇ ਇਸ ਸੰਬੰਧ ਵਿੱਚ ਬਾਣੀ ਚ ਗਾਓ ਕਿਉਂ ਕਿਹਾ ਗਿਆ ਗਾਵਨ ਕਿਉਂ ਕਿਹਾ ਗਿਆ ਉਹ ਕਹਿੰਦਾ ਬਾਜ ਖੁਸ਼ੀ ਤੇ ਹੱਸਿਆ ਨਹੀਂ ਜਾਂਦਾ ਰੋਣੇ ਗਮਾਂ ਦੇ ਬਾਦ ਨਹੀਂ ਰੋਏ ਜਾਂਦੇ ਦਰਦਾਂ ਬਾਦਨਾ ਸੀਨੇ ਵਿੱਚ ਛੇਕ ਹੁੰਦੇ ਤੇ ਛੇਕਾਂ ਬਾਦਨਾ ਮੋਤੀ ਪਰੋਏ ਜਾਂਦੇ ਗਾਈ ਦਾ ਚਾਹ ਨਾਲ ਤੇ ਆਪਾਂ ਤਾਂ ਇਹ ਕਹਿਣੇ ਭੀ ਦਵਾ ਦਾ ਬਾਣੀ ਪੜ ਕੇ 50 ਮਿੰਟਾਂ ਵਿੱਚ ਜਪਜੀ ਸਾਹਿਬ ਪੜ ਲਿਆ ਮੁੜ ਕੇ ਛੇਾਂ ਜਪ ਸਾਹਿਬ ਪੜ ਕੇ ਤੇ ਆਪਾਂ 15 ਮਿੰਟਾਂ ਵਿੱਚ ਵੇਲੇ ਹੋ ਗਏ ਇਹ ਨਵੇੜਨ ਦਾ ਕੰਮ ਨਾ ਕਰਿਆ ਕਰੀਏ ਜਿਵੇਂ ਆਪਾਂ ਕੋਈ ਸਾਡੇ ਗਲੇ ਵਿੱਚ ਖਾਰਿਸ਼ ਹੋਵੇ ਤੇ ਆਪਾਂ ਕੋਈ ਗੋਲੀ ਚੂਸਦੇ ਆ ਨਾ ਮਿੱਠੀ ਬਾਣੀ ਦਾ ਚੂਸ ਚੂਸ ਕੇ ਰਸ ਲੈਣਾ ਕਰੀਏ ਰਸ ਮਨ ਦੌੜ ਗਿਆ ਤੇ ਆਪਾਂ ਗਿਣਤੀ ਪੂਰੀ ਕੀਤੀ ਇਹ ਤਰੀਕਾ ਨਹੀਂ ਰਸ ਲਈਏ ਮੇਰੇ ਪਾਤਸ਼ਾਹ ਕਹਿੰਦੇ ਅਨੰਦ ਮੰਗਲ ਗੁਣ ਗਾਓ ਸਹਿਜ ਧੁਨ ਮਨ ਨੂੰ ਉਡੋਲ ਕਰਕੇ ਹੌਲੀ ਹੌਲੀ ਅੰਦਰ ਧੁਨੀ ਦੇ ਨਾਲ ਅੰਤਰਮੁਖ ਵਿਰਤੀ ਨੂੰ ਕਰਕੇ ਉਹਨੂੰ ਗੋਣਾ ਕਰ ਸੈਦ ਤੁਨ ਕਿਆ ਕਿਆ ਕਿਉਂ ਕਿਹਾ ਬਾਬਾ ਫਰੀਦ ਦਾ ਪਾਵਨ ਸ਼ਲੋਕ ਆਉਂਦਾ ਫਰੀਦ ਮੁੱਲਾ ਮਨਾਰੇ ਕਿਆ ਜੜੇ ਸਾਈਂ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਗ ਦੇ ਦਿਲ ਹੀ ਪੀਤਰ ਜੋਏ ਮੁਸਲਮਾਨ ਵੀਰ ਬਜ਼ੁਰਗ ਜਦੋਂ ਅਜ਼ਾਨ ਦਾ ਨਮਾਜ਼ ਦਾ ਟਾਈਮ ਹੁੰਦਾ ਨਾ ਉਹ ਆਪਾਂ ਵੇਖ ਆਮ ਵੇਖਦੇ ਆਂ ਕਿ ਉਹ ਮਨਾਰੇ ਤੇ ਚੜ ਕੇ ਅਜ਼ਾਨ ਦਿੰਦੇ ਹਨ اے ਖੁਦਾ ਦੇ ਪਿਆਰਿਓ ਆਓ ਮਿਲ ਕੇ ਪ੍ਰਮਾਤਮਾ ਦੀ ਬੰਦਗੀ ਕਰੀਏ ਅਜ਼ਾਨ ਦਾ ਅਰਥ ਹੈ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਮੌਲਵੀ ਸਾਹਿਬ ਮਨਾਰੇ ਤੇ ਚੜ ਕੇ ਤੇ ਉੱਚੀ ਉੱਚੀ ਆਵਾਜ਼ਾਂ ਮਾਰਦੇ ਹੋ ਜਿਹਨੂੰ ਆਵਾਜ਼ਾਂ ਮਾਰਦੇ ਉਹ ਅੰਦਰ ਬੈਠਾ ਹੈ ਆਪਾਂ ਬਹੁਤੀ ਵੇਰਾਂ ਗੁਰਮਖੋ ਜਿੰਨੇ ਕੰਮ ਕਰਦੇ ਆ ਭਾਵੇਂ ਬਾਣੀ ਪੜ੍ਹੀਏ ਤੇ ਭਾਵੇਂ ਸੇਵਾ ਕਰੀਏ ਸਾਡੇ ਮਨ ਦੀ ਭਾਵਨਾ ਦੇ ਪਿੱਛੇ ਸਾਨੂੰ ਲੋਕੀਂ ਵੇਖਣ ਇਹ ਨਾ ਕਰਿਆ ਕਰੋ ਸੁਪਾ ਕੇ ਜੇ ਕਿਸੇ ਨੇ ਪੈਸੇ ਵੇਖ ਲਈ ਨਾ ਤੇ ਜੀਬ ਕੱਟ ਲਏਗਾ ਤੇ ਜਨਾਹ ਵੇਖੇ ਤੇ ਖਤਰਾ ਹੀ ਕੋਈ ਨਹੀਂ ਇਸ ਕਰਕੇ ਸੇਵਾ ਤੇ ਸਿਮਰਨ ਕਰਨਾ ਚੰਗੀ ਬਾਤ ਲੇਕਿਨ ਪ੍ਰਦਰਸ਼ਨ ਨਾ ਕਰੀਆ ਆਪਾਂ ਆਪਾਂ ਬਹੁਤਾ ਪ੍ਰਦਰਸ਼ਨ ਤੇ ਜ਼ੋਰ ਲਾਉਨੇ ਪ੍ਰਦਰਸ਼ਨ ਤੇ ਇਥੋਂ ਤੱਕ ਆਪਣੀ ਢਲਾਈ ਆ ਗਈ 50 ਪੜ ਤੁਸੀਂ ਕਰੋ 40 ਤੁਸੀਂ ਕਰੋ ਤੇ ਨਾਲ ਦੇ ਨੂੰ ਪਹਿ ਦਿੱਤਾ ਵੀ ਨੋਡ ਕਰੀ ਚੱਲ ਤੇ ਮੁੜ ਕੇ ਆਪਾਂ ਕਹਿੰਨੇ ਕਿ ਸਮਾਗਮ ਕਰਨਾ ਹੈ ਸੁਖਮਨੀ ਸਾਹਿਬ ਦੇ 4 ਲੱਖ ਪਾਠਾਂ ਦਾ ਤੇ ਉਹਨੂੰ ਪੁੱਛੋ ਨੰਬਰਦਾਰ ਨੂੰ ਵੀ ਤੂੰ ਕਹਿੰਨੇ ਕਿ ਤੇ ਇਹਦੇ ਨਾਲ ਭਾਵ ਕੇ ਜਪਨ ਇਹ ਮਾਰਨੀ ਹੈ ਮੈਂ ਪਰ ਫੇਰ ਵੀ ਮੈਂ ਮੈਂ ਅੰਦਰ ਮੱਥਾ ਟੇਕ ਕੇ ਮਨਜੀਤ ਸਾਹਿਬ ਨੂੰ ਆਉਣ ਲੱਗਾ ਤੇ ਇੱਕ ਬੀਬੀ ਬੜਾ ਉਹਦਾ ਮਨ ਭਰਿਆ ਭਜੀ ਹਾਈ ਬਾਬਾ ਜੀ ਮੇਰਾ ਕੀ ਬਣੇਗਾ ਮੈਂ ਕਿਹਾ ਬੀਬੀ ਤੈਨੂੰ ਇੱਥੇ ਪਰੇਸ਼ਾਨੀ ਕਾਦੀ ਹੈ ਕਹਿੰਦੀ ਜੀ ਮੈਨੂੰ 500 ਪਾੜ ਦੀ ਸਜ਼ਾ ਲਾਗੇ ਨੇ ਤੇ ਕਿਵੇਂ ਕਰਾਂ ਮੈਂ ਕਿਹਾ ਬੀਬੀ ਆਪਨਾ ਭਾਰ ਮੇਰੇ ਤੇ ਪਾ ਦੇ ਹੁਣ ਉਹ ਕਰਨਾ ਨਹੀਂ ਚਾਹੁੰਦੀ ਤੇ ਉਹਨੂੰ ਕਿਹਾ ਵੀ 500 ਪਾੜ ਤੈਨੂੰ ਕਰਨਾ ਪਏਗਾ ਕਾਹਦਾ ਪਾਠ ਹੈ ਇਹ ਰਾਸ ਲਈ ਇਹ ਰਾਸ ਮੇਰਾ ਇਹ ਸਾਰੀਆਂ ਗੱਲਾਂ ਕਹਿਣ ਤੋਂ ਭਾਵੇਂ ਗੁਰਮੁਖੋ ਬਾਣੀ ਸੇਵਾ ਸਿਮਨ ਵਖਾਉਣ ਲਈ ਨਹੀਂ ਇਹ ਆਪਨਾ ਆਪ ਆਸਵਾਰ ਲਈ ਹੈ ਆਪ ਆਪਾ ਨਹੀਂ ਸਵਾਰਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆਂ ਸੁਖ ਹੋਏ ਆਪਾਂ ਜ਼ਿੰਦਗੀ ਭਰ ਜਾਂਦੂ ਦੂਜਿਆਂ ਦੀ ਐਬ ਕੱਢੀ ਜਾਣੀ ਕਿ ਤੇ ਆਪਣੀ ਚਾਹਤ ਹੀ ਨਹੀਂ ਮਾਰੀ ਮੇਰੇ ਪਾਤਸ਼ਾਹ ਕਹਿੰਦੇ ਨੇ ਆਨੰਦ ਦੇ ਸਹਿਤ ਮੰਗਣ ਤੋਂ ਪਾਬ ਉਹਦੀ ਵਡਿਆਈ ਮਨ ਨੂੰ ਟਕਾ ਕਰਕੇ ਕਰਨਾ ਕਰੋ ਤੇ ਹੋਵੇਗਾ ਕੀ ਨੇਚਰ ਰਾਜ ਕਮਾਓ ਨੇਚਰ ਰਾਜ ਤੋਂ ਭਾਵ ਕਿ ਉਹ ਰਾਜ ਜਿਹੜਾ ਸਦੀਵੀ ਤੌਰ ਤੇ ਰਹੇਗਾ ਜਿਹੜੇ ਬਾਕੀ ਦੇ ਰਾਜ ਨੇ ਆਪਾਂ ਵੇਣੀ ਕਿ ਕਈ ਆਏ ਤੇ ਕਈ ਚਲੇ ਗਏ ਇਹ ਜੱਗ ਸਰਾ ਮਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆ ਗਏ ਸ਼ਹਦਾਦ ਨਮਰੂਦ ਫਰਾਉਨ ਜਹੇ ਦਾਵਾ ਬੰਨ ਖੁਦਾ ਕਾ ਆ ਗਏ ਅਕਬਰ ਸ਼ਾਹ ਦੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਿਆਂ ਪਾ ਗਏ ਸ਼ਾ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੀ ਕਈ ਵਜਾ ਗਏ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੀ ਰਹੇਗਾ हे ਪਰਮੇਸ਼ਰ ਦੇ ਪਿਆਰਿਓ ਮਨ ਨੂੰ ਟਿਕਾ ਕਰਕੇ ਉਹਦੀ ਅਬਾਦ ਕਰੋ ਤਾਂ ਕਿ ਤੁਹਾਨੂੰ ਅਚਲ ਅਟੋਲ ਰਾਜ ਦੀ ਪ੍ਰਾਪਤੀ ਹੋ ਜਾਵੇ ਤੁਮ ਕਰ ਆਵੋ ਮੇਰੇ ਮੀਤ ਇਹ ਮੀਤ ਕੌਣ ਹੈ ਗੁਰਮੁਖ ਆ ਆਪਣੇ ਮਨ ਨੂੰ ਸਮੋਧਨ ਕਰਨਾ ਹੈ ਗੁਰੂ ਕੀ ਬਾਣੀ ਚ ਮਨ ਦੇ ਪ੍ਰਸਾਇ ਬੜਾ ਕੁਝ ਲਿਖਿਆ ਹੈ ਮੇਰੇ ਪਾਤਸ਼ਾਹ ਕਹਿੰਦੇ ਮਨ ਖੁੱਟ ਹਰ ਤੇਰਾ ਨਹੀਂ ਵਸਾਸ ਉਹ ਮਾਂ ਉਦਮਾਦਾ ਖਰਕਾ ਪੈ ਕਰ ਤੌ ਛੁੱਟੇ ਜੋ ਉੱਪਰ ਲੱਦਾ ਇਥੇ ਖੁਟੜ ਦਾ ਭਾਵੇ ਖੋਤਾ ਇਹ ਮੇਰੇ ਖੋਤੇ ਆ ਮਨਾ ਜਦੋਂ ਖੋਤੇ ਤੇ ਭਾਰ ਲੱਗੇ ਤੇ ਖੋਤਾ ਪਰੇਸ਼ਾਨ ਨਹੀਂ ਕਰਦਾ ਟੁਰਿਆ ਜਾਂਦਾ ਤੇ ਜੇ ਉਹ ਖੋਤੇ ਵਾਲੇ ਭਰਾ ਭਾਰ ਨਾ ਪਾਉਣ ਤੇ ਖਰਾਬ ਕਰਦਾ ਐਸੇ ਕਰਕੇ ਇਥੇ ਮਨ ਨੂੰ ਸਮੋਦਨ ਕੀਤਾ ਵੀ ਮੈਨੂੰ ਤੇਰਾ ਇਤਵਾਰ ਨਹੀਂਗਾ ਮਨ ਖੁਟਹਰ ਤੇਰਾ ਨਹੀਂ ਬਸਾਸੇ ਖੋਤਿਆ ਮਨ ਆ ਮੈਨੂੰ ਤੇਰਾ ਯਕੀਨ ਨਹੀਂ ਤੂੰ ਮਾਤ ਮਾਦਾ ਤੂੰ ਬੜੀਆਂ ਕਰਮਸਤੀਆਂ ਕਰਦਾ ਖਰਕਾ ਪੈ ਕਰ ਤੋਲ ਛੋਟੇ ਜੋ ਉੱਪਰ ਲਾਦਾ ਉਹਦੇ ਤੇ ਭਾਰ ਪਾਵੇ ਤੇ ਮੁੜ ਕੇ ਭਾਵੇਂ ਉਹਦਾ ਰੱਸਾ ਲੱਗ ਜੇ ਤੇ ਫਿਰ ਉਹ ਹਿਲ ਨਹੀਂ ਸਕਦਾ ਦੌੜੇ ਕਰ ਨਹੀਂ ਇਸੇ ਪ੍ਰਕਾਰ ਗੁਰਮੁਖ ਉਸ ਖੋਤੇ ਮਨ ਦੇ ਉੱਪਰ ਗੁਰੂ ਕੇ ਉਪਦੇਖ ਦਾ ਭਾਰ ਪਾਉਣ ਦਾ ਯਤਨ ਕਰੀਏ ਔਰ ਕੀ ਤਰੀਕਾ ਹੈ ਸੁਣੀਏ ਸਤ ਸੰਤੋਖ ਗਿਆਨ ਸਤ ਨੂੰ ਸੁਣੀਏ ਤੇ ਸੰਤੋਖ ਦੇ ਸਹਿਤ ਸੁਣੀਏ ਫਿਰ ਗਿਆਨ ਹੋ ਜਾਏਗਾ ਆਪਣੇ ਸੰਤੋਖ ਨਹੀਂ ਆਪਾਂ ਝੂਠ ਸੁਣਦੇ ਝੂਠ ਮੈਂ ਆਮ ਕਹਿੰਦਾ ਰਹਿਣਾ ਸਭ ਤੋਂ ਔਖਾ ਗੁਣ ਹੈ ਕਿਸੇ ਦੀ ਵਡਿਆਈ ਸੁਣਨੀ ਤੇ ਆਪਣੀ ਨਿੰਦਿਆ ਸੁਣਨੀ ਸਭ ਤੋਂ ਔਖਾ ਕੰਮ ਸਾਨੂੰ ਕਹੂੰ ਤੇ ਕਹਿ ਦਿੰਦੇ ਵੀ ਤੂੰ ਬੜਾ ਮਾੜਾ ਤੇ ਆਪਾਂ ਤਾਂ ਮਾਰਨ ਤੱਕ ਜਾਣਦੇ ਆ ਤੇ ਦੂਜਾ ਭਾਵੇਂ ਕਿੱਡਾ ਵੀ ਚੰਗਾ ਹੋਵੇ ਉਹਦੀ ਨੰਦਿਆ ਕਰੀ ਤਾਂ ਸਾਨੂੰ ਸਵਾਦ ਬੜਾ ਆਉਂਦਾ ਹੈ ਇਹ ਨਾ ਕੰਮ ਕਰਿਆ ਕਰੀਏ ਗੁਰੂ ਸਾਡੇ ਤੇ ਮਿਹਰ ਕਰੇ ਮੈਂ ਕਿਤੇ ਕਥਾ ਕਰਨ ਗਿਆ ਪ੍ਰਦੇਸ਼ ਵਿੱਚ ਤੇ ਜਾਂਦਿਆਂ ਅੰਸਾਰ ਉਹਨਾਂ ਲੋਕਾਂ ਤੇ ਤਵਾਲਾਤਾ ਮੈਂ ਕਿਹਾ ਵੀ ਗੁਰਮੁਖੂ ਮੈਂ ਸਮੁੰਦਰ ਲੰਘ ਕੇ ਆਇਆ ਤੇ ਦਰਬਾਰ ਸਭ ਦਾ ਕਥਾ ਕਰਦਾ ਬੁੱਢਾ ਆ ਗਿਆ ਤੇ ਮੈਨੂੰ ਮੈਲ ਖੋਣ ਲੱਗਿਓ ਜਦੋਂ ਅਸੀਂ ਕਿਸੇ ਕੋਲ ਬੈਠੇ ਆ ਨਾ ਤੇ ਦੂਜਿਆਂ ਦੀ ਨਿੰਦਿਆ ਕਰਦੇ ਮੈਲ ਨਾ ਖਾਇਆ ਕਰੀਏ ਤੇ ਮੈਲ ਖਵਾਇਆ ਨਾ ਕਰੀਏ ਇਹ ਸਾਡੇ ਚ ਬਹੁਤ ਵੱਡੀ ਕਮਜ਼ੋਰੀ ਹੈ ਬਹਿੰਦਿਆਂ ਸਾਰ ਫਲਾਣਾ ਬਾੜਾ ਬਾੜਾ ਗੁਰਮੁਖਾ ਕੋਈ ਮਾੜਾ ਨਹੀਂ ਅਸੀਂ ਆਪ ਮਾੜੇ ਹਾਂ ਬਾਣੀ ਦੀਆਂ ਪੰਕਤੀਆਂ ਆਪਣੇ ਜੀਵਨ ਦਾ ਆਧਾਰ ਬਣਾਈਏ ਹਮ ਬੈਲੇ ਤੂੰ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮੇਰੇ ਵੈਗਰੂ ਅਸੀਂ ਮੈਲੇ ਆ ਤੇ ਤੂੰ ਸਾਡੇ ਤੇ ਕਿਰਪਾ ਕਰ ਸਾਨੂੰ ਉਜਲ ਕਰਨਾ ਕਰੋ ਇਸ ਪ੍ਰਕਾਰ ਇਹ ਮਨ ਨੂੰ ਬੇਨਤੀ ਕਰੀਏ ਭਰਾਵਾ ਦੌੜ ਛੱਡ ਅੰਦਰ ਆਉਣਾ ਕਰ ਤੁਮਰੇ ਦੋਖੀ ਹਰ ਆਪ ਨਿਵਾਰੇ ਦੁਨੀਆ ਦਾ ਕਿੱਡਾ ਵੀ ਚੰਗਾ ਹੋਵੇ ਬੰਦਾ ਤੇ ਗੁਰਮਖੋ ਹਰ ਇੱਕ ਬੰਦੇ ਦੀ ਅਪੋਜੀਸ਼ਨ ਹੁੰਦੀ ਆ ਅਕਈ ਵਾਰਾਂ ਕਹਿਣਗੇ ਕਿ ਗਿਆਨੀ ਜੀ ਫਲਾਣ ਨੂੰ ਤੁਹਾਨੂੰ ਬੜਾ ਮਾੜਾ ਕਹਿੰਦਾ ਸੀ ਅਸੀਂ ਮੈਂ ਆਖਿਆ ਸੀ ਤੇ ਗਿਣਤੀ 'ਚ ਕਿਸੇ 'ਚ ਨਹੀਂ ਲੋਕਾਂ ਦਾ ਗੁਰੂ ਨਾਨਕ ਪਾਤਸ਼ਾਹ ਨੂੰ ਕਹਿ ਦਿੱਤਾ ਮੇਰੀ ਬਾਦਸ਼ਾਹੀ ਬਾਣੀ ਕੋਈ ਆਖੇ ਭੂਤਨਾ ਕੋ ਕਹੇ ਬਤਾਲਾ ਭਇਆ دیਵਾਨਾ ਸ਼ਾਹ ਕਾ ਨਾਨਕ ਬਹਰਾਨਾ ਸਤਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਨੁਕਤੇ ਕਹਿੰਦੇ ਬਸੁਰਾ ਬੇਤਾਲਾ ਤੋਂ ਭਾਵਨ ਦਾ ਬਸੁਰਾ ਤੇ ਜੇ ਲੋਕਾਂ ਨੇ ਸਤਗੁਰੂ ਪਾਤਸ਼ਾਹ ਨੂੰ ਕਹਿ ਦਿੱਤਾ ਤੇ ਗੁਰਮੁਖੋ ਆਪਣੇ ਪੱਲੇ ਦਾ ਆਪਾਂ ਤਾਂ ਹਾਂ ਹੀ ਓਗਣਾ ਦੇ ਭਰੇ ਤੇ ਫੇਰ ਸਾਡਾ ਕੀ ਲੈ ਗਿਆ ਭਲਾ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਦੋਂ ਟਕਾਹ ਜਾ ਜائیںਗਾ ਨਾ ਜਿਹੜੇ ਤੇਰੇ ਵਿਰੋਧੀ ਨੇ ਖਤਮ ਹੋ ਜਾਣਗੇ ਸਾਡੀ ਵਿਰੋਧੀ ਕੌਣ ਨੇ ਕੰਨਾਂ ਦਾ ਚਸਕੈ ਨੂੰ ਕਹਿੰਦੇ ਨੇ ਸ਼ਬਦ ਸਾਡੀ ਵਿਰੋਧੀ ਕੌਣ ਨੇ ਅਸੀਂ ਤੁਰੇ ਜਾਂਦੇ ਭੀੜ ਵਿੱਚ ਅਸੀਂ ਅਪਰਾਧਾ ਕਰਦੇ ਕਿਸੇ ਦੇ ਸਰੀਰ ਨਾਲ ਸ਼ੋਝੀਏ ਸਰੀਰ ਨਾਲ ਨਾਲ ਸੋਇਆ ਕਰੀ ਕਿਸੇ ਦੇ ਸਿੱਖਿਆ ਨਾਲ ਛੋਇਆ ਕਰੀ ਫਿਰ ਫਲਾਣੇ ਮੈਨੂੰ ਆਹ ਗੱਲ ਕੀ ਮੈਂ ਪੱਲੇ ਬੰਨਾ ਆਪਾਂ ਸਰੀਰ ਨੂੰ ਛੋਹਨੇ ਇਹਨੂੰ ਕਹਿੰਦੇ ਨੇ ਸਪਰਸ਼ ਸਾਡੇ ਜਿਹੜੇ ਆਇਬ ਨੇ ਨਾ ਪੰਜ ਦੋਖੀ ਕਿਹੜੇ ਨੇ ਕਾਨ ਰਸ ਕਿਸੇ ਦੀ ਚਮੜੀ ਨਾਲ ਛੋਹਣਾ ਖਾਣ ਪੀਣ ਦਾ ਰਸ ਕਿਸੇ ਵੱਲ ਤੱਕਣਾ ਤੇ ਸੁੰਘਣਾ ਇਹ ਪੰਜ ਆਇਬ ਨੇ ਇਹਨੂੰ ਪੰਜ ਦੋਸ਼ ਕਹਿੰਦੇ ਨੇ ਸਬਦ ਸਰਪਰਸ਼ ਰਾਸ ਰੂਪ ਗੰਧ ਜਿਹੜੇ ਤੇਰੇ ਇਹ ਦੋਖੀ ਨੇ ਨਾ ਜਦੋਂ ਤੇਰੀ ਬਿਰਤੀ ਅੰਦਰ ਆ ਗਈ ਇਹ ਆਪਣੇ ਆਪ ਹੀ ਤੇਰੇ ਤੋਂ ਪਾਸੇ ਹੋ ਜਾਣਗੇ ਆਪ ਦਾ ਭਈ ਬੀਤ ਤ ਆਪ ਦਾ ਤੋਂ ਪਾਵ ਸੰਕਟ ਦਾ ਸੰਕਟ ਦਾ ਸਮਾ ਉਹ ਬੀਤੇ ਸਮੇਂ ਦੀ ਗੱਲ ਹੋ ਗਈ ਤੇਰੇ ਤੇ ਕਿਸੇ ਪ੍ਰਕਾਰ ਦਾ ਕੋਈ ਸੰਕਟ ਨਹੀਂ ਆਏਗਾ ਰਹਾਉ ਬਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਜਿਨ੍ਹਾਂ ਨੂੰ ਕੋਈ ਨਹੀਂ ਨਾ ਜਾਣਦਾ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਤੇ ਗੁਰਮੁਖੋ ਉਹ ਵਿਗਰੂ ਨੇ ਉਹਨਾਂ ਨੂੰ ਸਾਰੇ ਸੰਸਾਰ ਵਿੱਚ ਪ੍ਰਗਟ ਕਰ ਦਿੱਤਾ ਅਸੀਂ ਪੜਦੇ ਹਾਂ ਭਗਤ ਭਗਤ ਜਗ ਬਜਿਆ ਜੋ ਚੱਕਾਂ ਦੀ ਵਿੱਚ ਮਰੇਟਾ ਪਾਣਾ ਗੰਢੇ 라ਵਜ ਕੁਲਾ ਧਰਮ ਟੋ ਟੋਰ ਸਮੇਟਾ ਲੋਕਾਂ ਦੀਆਂ ਜੁੱਤੀਆਂ ਗੰਢਣ ਵਾਲਾ ਮਹਾਨ ਪੁਰਸ਼ ਬਾਬੇ ਰਵਦਾਸ ਦੀ ਥਾਂ ਤਾਂ ਤੇ ਚਰਚਾ ਹੁੰਦੀ ਕਾਰਨ ਉਹ ਭਗਵਾਨ ਦੇ ਬਣ ਗਿਆ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਜਿਹੜੇ ਵੈਗਰੂ ਨੇ ਬਣਾਇਆ ਨਾ ਜਿਹੜੇ ਉਹਦੇ ਨਾਲ ਜੁੜ ਗਏ ਉਹਨਾਂ ਨੂੰ ਪ੍ਰਗਟ ਕਰ ਦਿੱਤਾ ਉਹਨਾਂ ਨੂੰ ਦੁਨੀਆ ਜਾਣਦੀ ਐ ਨਾਸਨ ਭਾਜਨ ਥਾਕੇ ਤੇ ਕਿਹੜੇ ਪ੍ਰਗਟ ਹੋਏ ਜਿਨ੍ਹਾਂ ਨੇ ਭੱਜ ਦੌੜ ਛੱਡ ਦਿੱਤੀ ਮੈਂ ਬੁੱਧ ਧਰਮ ਦੀ ਗ੍ਰੰਥਾਂ ਵਿੱਚ ਇੱਕ ਦ੍ਰਿਸ਼ਟਾਂਤ ਪੜ੍ਹਿਆ ਇੱਕ ਥਾਂ ਤੇ ਇੱਕ ਬੋਧੀ ਮਹਾਤਮਾ ਆਪਣੇ ਧਰਮ ਮੰਦਰ ਦੇ ਦਰਸ਼ਨ ਕਰਨ ਚੱਲਿਆ ਉਮਰ ਬਡੇਰੀ ਸੀ ਪਹਾੜਾਂ ਤੇ ਸਥਾਨ ਸੀ ਪੈਂੜਾ ਕਰਕੇ ਆ ਗਿਆ ਪਰ ਪਹਾੜ ਤੇ ਚੜ੍ਹਿਆ ਨਹੀਂ ਜਾਂਦਾ ਤੇ ਕਹਿਣ ਲੱਗਾ ਭਗਵਾਨ ਨੂੰ ਇੰਉਂ ਕਰ ਐਨਾ ਕਮੈ ਚੱਲ ਕੇ ਆ ਗਿਆ ਤੇ ਥੋੜੀ ਜੀ ਖੇਚਲ ਤੂੰ ਕਰ ਦੇ ਤੂੰ ਥੱਲੇ ਆ ਜਾ ਉੱਥੇ ਮੈਂ ਪੜਿਆ ਮੈਂ ਬੇਨਤੀ ਵੀ ਮੈਂ ਵਾਰ-ਵਾਰ ਕਹਿ ਰਿਹਾ ਪੜਿਆ ਵੇਖਿਆ ਨਹੀਂ ਉਸ ਬਾਤਮਾ ਨੂੰ ਉਸ ਪਰ ਉਹ ਹੀ ਪੂਰਨ ਪ੍ਰਮਾਤਮਾ ਦੇ ਰੂਪ ਵਿੱਚ ਉੱਥੇ ਦਰਸ਼ਨ ਹੋਏ। ਇਸਲਾਮ ਦੇ ਵਿੱਚ ਇੱਕ ਬਹੁਤ ਮਸ਼ਹੂਰ ਘਟਨਾ ਸਾਖੀ ਹੈ। ਇੱਕ ਬੀਬੀ ਰਹਿਬਾ ਹੋਈ ਹੈ। ਬਹੁਤ ਪੁਜੀ ਅਵਸਥਾ ਵਾਲੀ। ਲੰਮੀ ਚੜਾਈ ਸੌਕੀ ਵਿੱਚੋਂ 2 ਦੀ ਪੁਆਇੰਟ ਲਵਾਂ। ਮੱਕੇ ਦਾ ਹੱਜ ਕਰਨ ਵਾਸਤੇ ਉਹ ਚੱਲੀ ਮਾਤਾ। ਲਾਕਾ ਖੁਸ਼ਕ ਸੀ। ਕੁੱਤੀ ਦੇ ਬੱਚੇ ਬੜੇ ਤੜਫਦੇ ਨੇ ਪਾਣੀ ਦੇ ਦੁੱਖੋਂ ਇਤਿਹਾਸ ਦੇ ਗ੍ਰੰਥਾਂ ਦੇ ਮੁਤਾਬਕ ਕੁਝ ਬੀਬੀ ਨੇ ਆਪਣੇ ਕੇਸ ਖੋਹ ਕਰਕੇ ਰੱਸੀ ਵੜ ਕੇ ਤੇ ਨਾਲ ਥੱਲੇ ਕਪੜਾ ਲਮਕਾਇਆ ਤੇ ਉਹਦੇ ਚ ਪਾਣੀ ਲਿਆ ਕੇ ਤੇ ਉਹਨਾਂ ਕਤੂਰੀਆਂ ਨੂੰ ਪਿਆਇਆ ਇਹ ਇਸਲਾਮ ਧਰਮ ਦੇ ਗ੍ਰੰਥਾਂ 'ਚ ਬਹੁਤ ਮਸ਼ਹੂਰ ਸਾਖੀ ਬਹੁਤ ਮਸ਼ਹੂਰ ਔਰ ਉਧਰ ਕਹਿੰਦੇ ਪੀ ਜਿਹੜਾ ਮੱਕਾ ਸੀ ਨਾ ਲੋਕੀ ਮੱਕੇ ਦਾ ਹੱਜ ਕਰਨ ਜਾਂਦੇ ਤੇ ਮੱਕਾ ਉਸ ਬੀਬੀ ਦਾ ਹੱਜ ਕਰਨ ਵਾਸਤੇ ਆਇਆ ਜਿਹੜੀਆਂ ਗ੍ਰੰਥਾਂ ਚ ਉੱਥੇ ਪੰਕਤੀਆਂ ਲਿਖੀਆਂ ਨੇ ਉਹ ਇਹ ਲਿਖੀਆਂ ਨੇ ਸਿਰ ਕੀ ਸੋਭ ਨਿਵਾਰ ਕੇ ਚੀਨਿਉ ਆਤਮ ਰਾਮ 60 ਕੋਸ ਪਰ ਮੱਕਾ ਮਿਲਿਉ ਦੇਖ ਦਇਆ ਕੇ ਕਾਮ ਉਹਦੇ ਚ ਉਹਨਾਂ ਨੇ ਤਾਤ ਪਰ ਜੇ ਕੱਢਿਆ ਵੀਖੋ ਦਇਆ ਦਾ ਤਾਕਤ ਦਇਆ ਵਿੱਚ ਕਿੰਨਾ ਸਤਿਆ ਕਿੰਨਾ ਬਾਲਾ ਮਾਤਾ ਰਹਿਮਾ ਮੱਕੇ ਦਾ ਹੱਜ ਕਰਨ ਚੱਲੀ ਮਨ ਵਿੱਚ ਦਇਆ ਆਏ ਤੇ ਦਇਆ ਦੇ ਕਾਰਨ ਮੱਕੇ ਨੂੰ ਮਾਤਾ ਰਹਿਮਾ ਦੇ ਕੋਲ ਆਪ ਆਉਣਾ ਪਿਆ ਸੋ ਇਸ ਪ੍ਰਕਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਉਹਦੇ ਬਣ ਗਏ ਨਾ ਘਰ ਮੰਗਲ ਪ੍ਰਗਟ ਕੀਨੇ ਪ੍ਰਭ ਕਰਨੇ ਆਰੇ ਨਾਸਨ ਭਾਜਨ ਥਾਕੇ ਉਹ ਭੱਜ ਦੌੜ ਤੋਂ ਪਾਸੇ ਹੋ ਗਏ ਕਰ ਮੰਗਲ ਵਾਜਹਿ ਨਿਤ ਵਾਜੇ ਇਹ ਗੁਰਮੁਖੋ ਜਾਪ ਕਰਨ ਦੇ ਜਿਹੜੇ ਤਰੀਕੇ ਨੇ ਨਾ ਇਹ ਚਾਰ ਤਰ੍ਹਾਂ ਦਾ ਲਿਖਿਆ ਹੈ ਪਰਾ ਪਸੰਤੀ ਮਦਮਾ ਤੇ ਬੈਖਰੀ ਜਿਵੇਂ ਆਪਾਂ ਛੋਟੀਆਂ ਜਮਾਤਾਂ 'ਚ ਪੜ੍ਹਦੇ ਸਾਂ ਤੇ ਨਾਲ ਹੁਣ ਊੜ ਦੀ ਤਸਵੀਰ ਤੇ ਨਾਲੇ ਕਹਿਣਾ ਊੜਾ ਊਠ ਅਠਵੀਂ ਤੋਂ ਬਾਅਦ ਮੁੜ ਕੇ ਉਹ ਤਸਵੀਰਾਂ ਨਹੀਂ ਰਹਿੰਦੀਆਂ ਮੁੜ ਕੇ ਅੱਖਰ ਚੱਲਦੇ ਨੇ ਕਿਉਂਕਿ ਪਛਾਣ ਹੋ ਗਈ ਅੱਖਰਾਂ ਦੀ ਇਸੇ ਪ੍ਰਕਾਰ ਗੁਰਮੁਖ ਜਾਬ ਦੀਆਂ ਚਾਰ ਸਟੇਜਾਂ ਲਿਖੀਆਂ ਨੇ ਸਾਡੇ ਬਜ਼ੁਰਗਾਂ ਵਡੇਰਿਆਂ ਨੇ ਪਰਾ ਪਸੰਤੀ ਮਦਮਤ ਵੈਖਰੀ ਪਹਿਲਾਂ ਬੋਲ ਕੇ ਜਾਪ ਕਰਨਾ ਹੈ ਇਹਨੂੰ ਕਹਿੰਦੇ ਨੇ ਵੈਖਰੀ ਮੁੜ ਕੇ ਬੋਲ ਫਰਕਦੇ ਨੇ ਜ਼ਬਾਨ ਹਿੱਲਦੀ ਹੈ ਇਹਨੂੰ ਕਹਿੰਦੇ ਨੇ ਮਦਮਾ ਖਿਆਲ ਪਾਸੇ ਜਾਏਗਾ ਤੇ ਬਾਣੀ ਰੁਕ ਜਾਏਗੀ ਤੀਜੇ ਨੰਬਰ ਤੇ ਆਉਂਦਾ ਹੈ ਪਸੰਤੀ ਜਿਹੜੀ ਸਾਡੀਆਂ ਕੰਢੀ ਕੁੰਢੀ ਹੈ ਕੰਢੀ ਜ਼ਬਾਨ ਵੀ ਬੰਦ ਹੈ ਬੋਲ ਵੀ ਨਹੀਂ ਫਰਕਦੇ ਲੇਕਿਨ ਇਥੇ ਸਿਮਨ ਚੱਲਿਆ ਹੈ ਇਹਨੂੰ ਪਸੰਤੀ ਕਹਿੰਦੇ ਨੇ ਮੁੜ ਕੇ ਇਹੋ ਜੀ ਸਟੇਜ ਆਉਂਦੀ ਵੀ ਬੰਦਾ ਬੋਲਦਾ ਵੀ ਨਹੀਂ ਬੰਦਾ ਆਪ ਉਹ ਆਪਣਾ ਜਿਹੜਾ ਧੰਦਾ ਉਹ ਕਰੀ ਜਾਂਦਾ ਹੈ ਲੇਕਿਨ ਆਟੋਮੈਟਿਕਲੀ ਉਹਦੀ ਨਾਭੀ ਵਜਾਬ ਚੱਲਦਾ ਉਹਨੂੰ ਪਰਾਬਾਣੀ ਕਹਿੰਦੇ ਨੇ ਪਰ ਪਹਿਲਾਂ ਖੇਚੜ ਕਰਨੀ ਪੈਗੀ ਜਿਵੇਂ ਆਪਾਂ ਦੁਰੇ ਜਾ ਰਹੇ ਹਾਂ ਤੇ ਪੋਲ ਆ ਗਿਆ ਪੁਲ ਤੇ ਚੜਨ ਵਾਸਤੇ ਗੱਡੀ ਦਾ ਜੋਰ ਲੱਗੇਗਾ ਪਰ ਅੱਗੇ ਜਦੋਂ ਚੋਟੀ ਤੇ ਚਲੀ ਗਈ ਮੁੜ ਕੇ ਆਟੋਮੈਟਿਕਲ ਰੇੜੇ ਪੈ ਜਾਏਗੀ ਇਸ ਪ੍ਰਕਾਰ ਪਹਿਲਾਂ ਬਾਣੀ ਬੋਲ ਕੇ ਪੜ੍ਹਨੀ ਚਾਹੀਦੀ ਆਮ ਅਸੀਂ ਮੈਨੇ ਆ ਪੇ ਗੁੜਕਾ ਫੜ ਲਿਆ ਸਜੇ ਖਬੇ ਲੋਕਾਂ ਵਾਲੀ ਵੇਖੀ ਗਏ ਤੇ ਅੰਗ ਥੱਲੀ ਕੇ ਤੇ ਆਖਣਾ ਵੀ ਮੈਂ ਨਿਤਨੇਮ ਕਰਕੇ ਆ ਗਿਆ ਇਹ ਬੜਾ ਕੰਮ ਚੱਲਦਾ ਜੇ ਬੋਲਣਾ ਨਹੀਂ ਭੁੱਲ ਜਾਣੇ ਗੁਰੂ ਪੰਚਮ ਪਾਤਸ਼ਾਹ ਦੀ ਬੋਲ ਉਹ ਕਹਿੰਦੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰਕਟਿਏ ਇਹ ਸਾਡੀ ਜਬਾਨ ਤਾਂ ਸਭਰੀ ਜੇ ਇਹਦੀ ਜਬਾਨ ਤੋਂ ਕਿਤੇ ਪ੍ਰਮਾਤਮਾ ਦਾ ਨਾਮ ਨਿਕਲਿਆ ਆਪਾਂ ਤੈਨੂੰ ਖਿੱਚ ਲਈ ਨਹੀਂ ਦਿੰਦੇ ਵੀ ਥੱਕ ਨਾ ਜਾ ਕਿਤੇ ਜਦੋਂ ਚੁਗਲੀ ਕਰਨੀ ਉਹਦੋਂ ਠਾਠਾ ਚੱਲਦੀ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਪਿਆਰੇ ਕਰਵਾਜੇ ਨਿਤਵਾਜੇ ਆਪਣੇ ਖਸਮ ਨਵਾਜੇ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਆਤਮ ਚਿੰਤਨ ਚੱਲਦਾ ਹੈ ਜਿਨ੍ਹਾਂ ਨੇ ਵੈਗਰੂ ਨੂੰ ਨਵਾਜ ਦਿੱਤੀ ਨਵਾਜੇ ਤੋਂ ਭਾਵੇਂ ਮਿਹਨਤ ਨਾਲ ਨਹੀਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਬਾਤ ਮਿਹਨਤ ਨਾਲ ਨਹੀਂ ਬਣਨੀ ਗੁਰਮੁਖੋ ਬਾਤ ਰਹਿਮਤ ਨਾਲ ਬਣਨੀ ਹੈ ਪਰ ਰਹਿਮਤ ਵਾਸਤੇ ਆਪਾਂ ਨੂੰ ਬੁੱਕ ਤੜਨਾ ਪਏਗਾ ਨਾ ਹੁਣ ਲੰਗਰ ਵਰਦਾ ਤੇ ਗੁਰਮੁਖ ਪਿਆਰੇ ਕਹਿੰਦੇ ਗੁਰਮੁਖੋ ਲੰਗਰ ਛਕਲੂ ਤੇ ਆਪ ਭਾਤ ਨਾ ਕਰਾਂਗੇ ਤੇ ਉਹਨਾਂ ਕਹਿਣਾ ਪੀ ਸ਼ਾਇਦ ਛਕਲੇ ਆਵੇ ਸਾਨੂੰ ਜਾਤਨਾ ਕਰਨੀ ਪੈਗੀ ਤੇ ਜਿਨ੍ਹਾਂ ਜਾਤਨਾ ਕੀਤੀ ਨਾ ਉਹਨਾਂ ਨੂੰ ਉਸ ਮਾਲਕ ਨੇ ਨਿਵਾਜ ਦਿੱਤਾ ਮਾਨ ਬਖਸ਼ ਦਿੱਤਾ ਆਸਥਿਰ ਰਹੋ ਡੋਲੋ ਮਤ ਕਬਹੂ ਗੁਰਮੁਖੋ ਗੁਰਮਤ ਸਭ ਤੋਂ ਜਿਹੜਾ ਵੱਡਾ ਗੁਣ ਹੈ ਨਾ ਉਹ ਇਹ ਹੈ ਸਾਡਾ ਗੁਰੂ ਦਿਲ ਤੋੜਦਾ ਨਹੀਂ ਕਈ ਤਾਂ ਕਹਿੰਦੇ ਨੇ ਵੀ ਤੈਨੂੰ ਨਰਕਾਂ ਵਿੱਚ ਫਿਰਨਾ ਪਏਗਾ ਉਥੇ ਆ ਹੈ ਆ ਹੈ ਹਜ਼ੂਰ ਕਹਿੰਦੇ ਅਸਥਰ ਰਹੋ ਮਨ ਨੂੰ ਅਡੋਲ ਲਖੋ ਟਿਕੇ ਰਹੋ ਅਸਥਰ ਰਹੋ ਡੋਲੋ ਮਤ ਕਭੀ ਗੁਰੂ ਕੇ ਸਿਖਾ ਡੋਲ ਨਾ ਗੱਲ ਕਿਵੇਂ ਬਣੇਗੀ ਗੁਰ ਕੈ ਬਚਨ ਆਧਾਰ ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ ਉਹਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਣਾ ਕਰ ਆਪਰ ਜਾਣਾ ਨਿਤਨੇਮ ਕਰਦੇ ਸਾਚਾ ਨਾਮ ਮੇਰਾ ਆਧਾਰੋ ਸਾਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਕੁਭਾਈਆਂ ਜਦੋਂ ਸੱਚੇ ਪ੍ਰਮਾਤਮਾ ਦਾ ਨਾਮ ਸਾਡਾ ਆਧਾਰ ਬਣ ਗਿਆ ਨਾ ਉਦੋਂ ਆਟੋਮੈਟਿਕਲੀ ਜਿਹੜੀ ਸਾਡੇ ਅੰਦਰ ਭੁੱਖ ਹੈ ਲਾਲਚ ਹੈ ਮਿਟ ਜਾਏਗੀ ਜੈ ਜੈਕਾਰ ਸਗਲ ਭੂ ਮੰਡਲ ਉਹ ਨਾ ਗੁਰਮੁਖ ਪਿਆਰਿਆਂ ਦੀ ਸਾਰੀ ਧਰਤੀ ਦੇ ਗੋਲਾਕਾਰ ਮੰਡਲ ਦਾ ਭਾਵਨ ਦਾ ਗੋਲਾਕਾਰ ਭੂ ਤੋਂ ਭਾਵ ਧਰਤੀ ਉਹਨਾਂ ਗੁਰਮੁਖ ਪਿਆਰ ਦੀ ਸਾਰੇ ਜਾਇਜ਼ਾਕਾਰ ਹੋਈ ਮੁਖ ਊਜਲ ਦਰਬਾਰ ਹੋਰ ਗੁਰਮੁਖੋ ਉਹਨਾਂ ਦਾ ਮੁਖ ਉਜਲਾ ਹੋ ਗਿਆ ਇੱਕ ਆਪਾਂ ਸ਼ਲੋਕ ਜਾਨਣਾ ਪੜਦੇ ਆ ਜਿਨਹੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਇਹ ਜਪਜੀ ਸਾਹਿਬ ਵਿੱਚ ਹੈ ਇੱਕ ਇਹੋ ਹੀ ਸ਼ਲੋਕ ਮਾਜ ਰਾਗ ਵਿੱਚ ਦੂਸਰੇ ਮਹੱਲੇ ਦੇ ਗੁਰੂ ਅੰਗਦ ਸਾਹਿਬ ਦੇ ਨਾਲ ਆਉਂਦਾ ਮਹੱਲ ਸ਼ਲੋਕ ਮਹੱਲਾ ਦੂਜਾ ਉੱਥੇ ਆਉਂਦਾ ਜਿਨੀ ਨਾਮ ਧਿਆਇਆ ਗੈਮ ਸਗਤ ਘਾਲ ਨਾਨਕ ਤੇ ਮੁਖ ਜਲੇ ਹੋਰ ਕੀਤੀ ਛੁਟੀ ਨਾਲ ਉੱਥੇ ਹੋਰ ਹੈ ਜਦੋਂ ਮੈਂ ਉਹ ਸ਼ਬਦ ਨੂੰ ਬਾਜਦਾ ਨਾ ਤੇ ਮੇਰੇ ਅੰਦਰ ਆਟੋਮੈਟਿਕ ਖਿਆਲ ਆ ਜਾਂਦਾ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਕੀ ਸੇਵਾ ਕੀਤੀ ਤੇ ਗੁਰੂ ਪਦਵੀ ਪ੍ਰਾਪਤ ਹੋ ਗਈ ਗੁਰੂ ਪਦਵੀ ਆਪ ਨੂੰ ਹੀ ਪ੍ਰਾਪਤ ਹੋਈ ਪਰ ਉਹਨਾਂ ਦੇ ਭਤੀਜੇ ਭਾਈ ਗੁਰਦਾਸ ਨੂੰ ਇੰਨਾ ਮਾਣ ਸੌਣ ਮਲ ਨੂੰ ਇੰਨਾ ਮਾਣ ਸਾਰਾ ਪਰਿਵਾਰ ਹੀ ਤਰ ਗਿਆ ਸੋ ਇਸ ਪ੍ਰਕਾਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ ਉਹਨਾਂ ਦੀ ਸਾਰੇ ਸੰਸਾਰ ਵਿੱਚ ਜਾਇਜ ਆਕਾਰ ਤੇ ਪਲੋਕ ਵਿੱਚ ਆਪਣੇ ਮੁਖ ਨੂੰ ਉਜਲਾ ਕਰਕੇ ਜਾਂਦੇ ਹਨ ਜਨਕੇ ਜੀ ਤਨਹੀਂ ਫੇਰੇ ਆਪਣੀ ਮਿਹਨਤ ਨਾਲ ਨਹੀਂ ਮੇਰੇ ਪਾਤਸ਼ਾਹ ਉਹ ਸਿਧਾਂਤ ਦਿੰਦੇ ਕਹਿੰਦੇ ਭੀ ਜਿਹਦੇ ਇਹ ਜੀਵ ਨੇ ਨਾ ਉਹਨਾਂ ਨੇ ਬਹਾਨਾ ਬਣਾਇਆ ਤੇ ਉਹਨਾਂ ਦੀ ਬੁੱਧੀ ਬਦਲ ਦਿੱਤੀ ਮੈਂ ਗੁਰਮੁਖੀ ਇੱਕ ਬੰਦਾ ਵੇਖਿਆ ਮੇਰਾ ਉਹ ਹਾਣੀ ਸੀ ਨਸਵਾਰ ਲਿਆ ਕਰੇ ਬੀੜਾ ਲਿਆ ਕਰੇ ਮੁਖਸਰ ਸਾਹਿਬ ਸੰਤ ਬਾਬਾ ਕਰਤਾਰ ਸਿੰਘ ਉਹਨੂੰ ਕਹਿਣ ਲੱਗਾ ਵੀ ਮੈਂ ਬਾਬਾ ਜੀ ਤੁਹਾਡੇ ਨਾਲ ਨਾ ਕਹਿੰਦੇ ਵੀ ਗੁਰਮੁਖ ਅਮਰਸ਼ਕ ਉਹਦਾ ਨਾਮ ਦਲਬੀਰ ਸਿੰਘ ਸੀ ਅਮਰਸ਼ਕ ਆ ਤੇ ਜਦੋਂ ਸੰਤ ਬਾਬਾ ਜਰਨੈਲ ਸਿੰਘ ਇੱਥੇ ਰਹੇ ਨੇ ਨਾ ਗੁਰਮੁਖੋ ਉਨੀ ਸਾਰੀ ਰਾਤ ਗੁਰੂ ਕੇ ਸੋਜ ਖਲੋਕੀ ਜਪਜੀ ਸਾਹਿਬ ਦਾ ਪਾਠ ਕਰਨਾ ਬੰਦਾ ਉਹ ਹੀ ਹੈ ਕਦੇ ਬੀੜਾ ਲੈਣਾ ਤੇ ਕਦੇ ਸਾਰੀ ਰਾਤ ਅਸੀਂ ਸੌਂ ਜਾਣਾ ਉਹਨੇ ਸਵੇਰ ਪਾਠ ਕਰਨਾ ਇਹ ਆਪਣੀ ਮਿਹਨਤ ਨਹੀਂ ਉਹਦੀ ਰਹਿਮਤ ਹੈ ਜਿਨਕੇ ਜੀ ਤਨੇ ਹੀ ਫੇਰੇ ਜਿਹਦੇ ਜੀ ਨੇ ਨਾ ਜਿਨ੍ਹਾਂ ਤੇ ਕਿਰਪਾ ਕਰਦਾ ਉਹਨਾਂ ਨੂੰ ਆਟੋਮੈਟਿਕਲੀ ਦੁਜੀ ਪਾਸਿਵਲ ਬਦਲ ਦੇਂਦਾ ਹੈ ਆਪੇ ਭਿਆਸ ਹਾਰ ਆਪੀ ਸਹਾਇਤਾ ਕਰਨ ਵਾਲਾ ਉਹਦੀ ਸਹਾਇਤਾ ਤੋਂ ਬਿਨਾ ਕੁਝ ਹੋ ਨਹੀਂ ਸਕਦਾ ਅਚਰਜ ਕੀਆ ਕਰਨ ਹਾਰੈ ਦੇਖੋ ਭਾਈ ਕਰਨ ਹਾਰ ਦੇ ਕੌਤਕ ਹੈਰਾਨੀ ਦੀ ਗੱਲ ਜਿਹੜਾ ਕਦੇ ਕਿਸੇ ਦੀਆਂ ਮੱਝਾਂ ਕੱਢਣ ਗਿਆ ਸੀ ਉਹਨੂੰ ਗੁਰੂ ਦੇ ਸੀਨੇ ਦਾ ਮਾਣ ਮਿਲਿਆ ਜਿਹੜਾ ਕਦੇ ਆਲੀ ਪਿੰਡ 'ਚ ਮੱਝਾਂ ਕੱਢਣ ਗਿਆ ਸੀ ਨਾ ਉਹ ਬਣਿਆ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਨਾਲ ਬਚਨ ਕੀਤੇ ਜੋ ਮਰ ਮੰਗਿਆ ਸੋਈ ਦਿਨਾ ਬਿਧੀ ਚੰਦਾ ਜੋ ਮੰਗੇਗਾ ਤੈਨੂੰ ਉਹੋ ਹੀ ਦਿੱਤਾ ਕਦੋਂ ਅਜਿਰਜ ਕੀਆ ਕਰਨਿਹਾਰੇ ਨਾਨਕ ਸੱਚ ਵਡਿਆਈ ਇਹ ਸੱਚ ਦੇ ਵਿੱਚ ਇੰਨੀ ਵਡਿਆਈ ਹੈ ਪੇ ਕਿੱਡਾ ਵੀ ਢੱਲਾ ਬੰਦਾ ਹੋਵੇ ਜਦੋਂ ਉਹ ਰਹਿਮਤ ਕਰਦੇ ਤੇ ਉਹਨਾਂ ਨੂੰ ਮਾਣ ਬਖਦਾ ਹੈ ਹੁਣ ਗੁਰਮੁਖੋ ਨਿਯਮ ਦੇ ਮੁਤਾਬਕ ਆਪਾਂ ਜਿੱਥੇ ਬੈਠੇ ਆ ਨਾ ਇਹ ਸਥਾਨ ਨਾਲ ਸੰਬੰਧਿਤ ਘਟਨਾ ਹੈ ਇਹ 12 ਮਾਹ ਦੀ ਬਾਣੀ ਸਤਿਗੁਰੂ ਪੰਚਮ ਪਾਤਸ਼ਾਹ ਨੇ ਐਸ ਥਾਂ ਤੇ ਉਚਾਰਨਾ ਕੀਤੀ ਜਿਹੜਾ ਬਾਹਰ ਮੰਜੀ ਸਾਹਿਬ ਬਣਿਆ ਸੰਗ ਮਰਮਰ ਵਾਲਾ ਇਸ ਥਾਂ ਤੇ ਸਵਾਯਮਾਂ ਹੋ ਕੇ ਗੁਰੂ ਪੰਚਮ ਪਾਤਸ਼ਾਹ ਨੇ ਇਹ ਪਾਵਨ ਬਾਣੀ ਅੱਜ ਦੇ ਦਿਨ ਚੇਤ ਦੀ ਸੰਗਰਾਣ ਵਾਲੇ ਦਿਨ ਉਚਾਰਨਾ ਕੀਤੀ ਲੰਬੀ ਚੌੜੀ ਦੀ ਵਿਆਖਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਿਆਰੇ ਗੁਰੂ ਪਾਤਸ਼ਾਹ ਦਾ ਆਪਦੇਸ਼ ਲੈਣ ਲਈ ਆਉਂਦੇ ਰੋਜੀ ਤੇ ਰੋਟੀ ਵਾਸਤੇ ਆਪਾਂ ਦੇਸਾਂ ਪਰਦੇਸਾਂ ਵਿੱਚ ਵੀ ਜਾਂਦੇ ਆ ਇੱਕ ਪੰਡਤ ਕਹਿਣ ਲੱਗਾ ਪਾਤਸ਼ਾਹ ਮੈਂ ਵਿਦਿਆ ਬੜੀ ਪੜ੍ਹੀ ਹੈ ਪਰ ਮੇਰੀ ਵਿਦਿਆ ਤਾਂ ਹੈ ਪਰ ਮਾਨ ਸਨਮਾਨ ਕੋਈ ਨਹੀਂ ਪਰਿਵਾਰ ਦੀਆਂ ਲੋੜਾਂ ਨੇ ਤੇ ਜੇ ਥੋੜੀ ਜੀ ਕਿਰਪਾ ਕਰਕੇ ਮੈਨੂੰ ਇੱਥੇ ਆਗਿਆ ਦਿਓ ਤੇ ਮੈਂ ਕਥਾ ਕਰ ਲਿਆ ਕਰਾਂਗੇ ਗੁਰੂ ਕੇ ਸਿੱਖ ਮੇਰੀ ਬਾਲੀ ਮਦਦ ਕਰਨਗੇ ਇਹ ਗੁਰੂ ਘਰ ਅਜੇ ਹੈ ਜਿੱਥੇ ਕਿਸੇ ਨੂੰ ਆਉਣ ਦੀ ਮਨਾਈ ਨਹੀਂ ਇਥੇ ਬੁਰਾ ਆਵੇ ਇਥੇ ਭਲਾ ਆਵੇ ਇਥੇ ਹਿੰਦੂ ਆਵੇ ਤੇ ਮੁਸਲਮਾਨ ਆਵੇ ਸਾਰਿਆਂ ਨੂੰ ਜੀ ਆਇਆਂ ਕਥਾ ਕਰਨ ਲੱਗ ਪਿਆ ਬਾਏ ਵੀ ਆਵੇ ਸ਼ਲੋਕ ਪੜਾ ਮਸ਼ਹੂਰ ਹੈ ਵਨਾਸ ਕਾਲੇ ਵਪਰੀਤ ਬੁੱਧੀ ਜਦੋਂ ਬੰਦੇ ਦੇ ਦਿਨ ਮਾਰੇ ਹੋਣ ਤੇ ਉਦੋਂ ਬੰਦੇ ਦੀ ਬੁੱਧੀ ਪ੍ਰਿਸ਼ਟ ਹੋ ਜਾਂਦੀ ਉਲਟ ਹੋ ਜਾਂਦੀ ਵਨਾਸ ਕਾਲੇ ਵਪਰੀਤ ਬੁੱਧੀ ਜਿਨੂੰ ਗੁਰਬਾਣੀ ਚ ਲਿਖਿਆ ਜਿਸ ਨੂੰ ਆਪ ਖਵਾਏ ਕਰਤਾ ਖੁਸ ਲੈ ਚੰਗਿਆਈ ਜਿਨੂੰ ਖਵਾਰ ਕਰਾ ਉਹਦੇ ਕੋਲ ਪ੍ਰਮਾਤਮਾ ਨੇਕੀ ਖੋ ਲੈਂਦਾ ਚੇਤੀ ਸੰਗਰਾਦ ਤੇ ਕਥਾਵਾਜ ਕਾਕੜ ਗਿਆ ਵੀ ਮੈਂ ਕਥਾ ਨਹੀਂ ਕਰਨ ਜਾਣੀ ਸੰਗਤਾਂ ਢੀਕਣ ਬੜਾ ਸਮਝਾਇਆ ਕਰਨ ਲੱਗਾ ਮੱਥਾ ਤੁਸੀਂ ਗੁਰੂ ਅਰਜਨ ਦੇਵ ਨੂੰ ਟੇਕੋ ਤੇ ਕਥਾ ਮੈਂ ਕਰਾਂ ਇਹ ਗੱਲ ਨਹੀਂ ਜੇ ਬਣਨੀ ਮੱਥਾ ਮੈਨੂੰ ਟੇਕਣਾ ਪਏਗਾ ਬਾਬਾ ਬੁੱਢਾ ਸਭ ਕਹਿਣ ਲੱਗੇ ਹੋਸ਼ ਨਾਲ ਗੱਲ ਕਰ ਗੁਰੂ ਕਾ ਸੇ ਗੁਰੂ ਤੋਂ ਬਿਨਾ ਕਿਸੇ ਹੋਰ ਅਗੇ ਝੁਕਦਾ ਹੀ ਨਹੀਂ ਸਾਨੂੰ ਤੇਰੀ ਲੋੜ ਨਹੀਂ ਗੁਰੂ ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ ਪਾਤਸ਼ਾਹ ਜਿਵੇਂ ਸਾਨੂੰ ਬਾਕੀ ਦੇ ਕਾਰਜ ਵਿੱਚ ਤੁਸੀਂ ਸੰਤਰ ਕੀਤਾ ਹੈ ਕਿਰਪਾ ਕਰੋ ਗੁਰੂ ਪੰਚਮ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਬਾਬਾ ਜੀ ਤੁਸੀਂ ਕਹਿੰਦੇ 12 ਮਾਹ ਦੀ ਬਾਣੀ ਚਾਰਉ ਕਿਉਂਕਿ ਸੰਗਰਾਮ ਵਾਲੇ ਦਿਨ ਲੋਕੀ ਸੁਣਨ ਜਾਂਦੇ ਨੇ ਬਾਬਾ ਜੀ ਆਪ ਗਿਆਨਮਾਨੋ ਤਾਨ ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਦਾ 12 ਮਾਹ ਚਾਰਨ ਕੀਤਾ ਉਹ 12 ਮਾਹ ਨਹੀਂ ਬਾਬਾ ਬੁੱਢਾ ਸਾਹਮਣੇ ਮਰਤਾ ਦੀ ਤਾ ਕਹਿਣ ਲੱਗੇ ਪਾਤਸ਼ਾਹ ਬਾਣੀ ਹੈ ਪਰ ਸਾਡੀ ਬੁੱਧੀ ਇੰਨੀ ਤੀਖਣ ਨਹੀਂ ਪੀ ਅਸੀਂ ਉਸ ਬਰੀਕ ਵਿਸ਼ੇ ਨੂੰ ਸਮਝ ਸਕੀਏ ਆਪ ਕਿਰਪਾ ਕਰੋ ਸਖੈਨੂ ਵਿੱਚ ਇਹ ਬਾਣੀ ਅਚਾਰਨ ਕਰੋ ਤਾਂ ਕਿ ਸਾਨੂੰ ਸਮਝ ਪੈ ਸਕੇ ਇਹ ਸਾਡੇ ਚ ਕਿਟ ਲਈ ਹੈ ਅਸੀਂ ਸੰਗRAND ਵਾਲੇ ਦਿਨ ਇਹ ਮਾਜ ਰਾਗ ਦਾ ਜਿਹੜਾ ਪਾਠ ਕਰਦੇ ਵੀ ਆਂ ਆਪਾਂ ਤਾਂ ਇੰਨੇ ਸੂਮ ਕਹਿ ਲੋ ਪਤਾ ਨਹੀਂ ਟਲਾਈ ਆ ਗਈ ਅੱਜ ਚੇਤੀ ਸੰਗਰਾਦ ਹੈ ਨਾ ਤੇ ਆਮ ਕਰਕੇ ਗਰੰਥੀ ਸਿੰਘ ਇੱਕ ਉਹ ਪੌੜੀ ਪੜਨਗੇ ਪਹਿਲੀ ਜਾਂ ਦੂਜੀ ਤੇ ਬਾਕੀ ਕਹਿੰਦੇ ਵੀ ਸਾਰਾ ਸਾਲ ਪੜ੍ਹਨੀ 12ਵਾਂ ਮਾਹ ਸਾਲ ਆ ਪੜ੍ਹਦੇ ਹੀ ਨਹੀਂ ਛੋਟੀ ਜੀ ਬਾਣੀ ਐ ਅਸੀਂ ਇੰਨੇ ਕੰਜੂਸ ਆ ਸਾਡੀ ਕਿਸਮਤ 'ਚ ਇੰਨਾ ਟਲਾਈ ਆ ਗਈ ਵੀ ਆਪਾਂ 12ਵਾਂ ਮਾਹ ਦਾ ਸੰਪੂਰਨ ਪਾਠ ਕਰਕੇ ਵੀ ਰਾਜੀ ਨਹੀਂ ਤੇ ਕਈ ਗੁਰਮਖ ਵਿਖੇ ਜਿਹੜੇ ਜਾਨਾ 12ਵਾਂ ਦੀ ਬਾਣੀ ਪੜ੍ਹਦੇ ਨੇ ਬਾਬਾ ਜੀ ਦੇ ਬੇਨਤੀ ਕਰਨ ਤੇ ਸਤਿਗੁਰੂ ਪਾਤਸ਼ਾਹ ਨੇ ਅੱਜ ਦੇ ਦਿਨ ਇਸ ਪਾਵਨ ਅਸਥਾਨ ਤੇ ਇਹ ਪਾਵਨ ਬਾਣੀ ਵਿਚਾਰਨਾ ਕੀਤੀ ਸਰਵਣ ਕਰੂ ਜੀ ਹੰਬਾਰਹਿ ਮਾਹ ਮਾਂਜ ਮਹੱਲਾ ਪੰਜ ਮਾ ਘਰ ਚੌਥਾ 12ਵਾਂ ਇਹ ਸ਼ੰਦਾਂ ਦੀ ਚਾਲ ਆਪਾਂ ਕਈ ਜਿਹਨੂੰ ਸਹਿਤ ਪੜ੍ਹਦੇ ਆਂ ਤੇ ਵੱਖ-ਵੱਖ ਰੂਪਾਂ ਵਿੱਚ ਕਿਤੇ ਦਿਨ ਰਹਿਣ ਦੇ ਨਾਂ ਬਹਾਨੇ ਕਿਤੇ 12 ਮਾਂ ਦੇ ਬਹਾਨੇ ਵੱਖ-ਵੱਖ ਬਹਾਨਾ ਨੇ ਲਿਖਿਓ ਆਪਾਂ ਇਸ ਥਾਂ ਤੇ ਉਹਨੂੰ ਖਲਾਸੀ ਸਰ ਵਿਚਾਰ ਨਹੀਂ ਸਕਦੇ ਮਾਂਜ ਰਾਗ ਵਿੱਚ ਪੰਚਮ 파ਦਸ਼ਾ ਚੌਥੇ ਕਰ ਸਰਤਾਲ ਵਿੱਚ ਇਹ ਪਾਵਨ ਸਿੱਖਿਆ ਦੇ ਰਹੇ ਹਨ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਨ ਵਾਲਾ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਕਿਰਤ ਕਰਮ ਕੇ ਵੀ ਛੁੜੇ ਜਿਹੜੀ ਗੁਰਮੁਖੋ ਸਾਰਿਆਂ ਤੋਂ ਪਹਿਲੀ ਪੌੜੀ ਹੈ ਨੇ ਇਹਨੂੰ ਕਹਿੰਦੇ ਨੇ ਮੰਗਲ ਆਪਾਂ ਕੋਈ ਵੀ ਕੰਮ ਕਰਨਾ ਹੋਵੇ ਨਾ ਜਿਹੜੀ ਪਹਿਲਾਂ ਅਰਦਾਸ ਬੇਨਤੀ ਕਰਦੇ ਉਹਨੂੰ ਕਹਿੰਦੇ ਨੇ ਮੰਗਲ ਜਦੋਂ ਉਹ ਕੰਮ ਨੇਪਰੇ ਚੜ ਜਾਏ ਤੇ ਮੁੜ ਕੇ ਆਪਾਂ ਕਹਿੰਨੇ ਕਿ ਧੰਵਾਦ ਭਾਈ ਉਹਨੂੰ ਕਹਿੰਦੇ ਨੇ ਸਤੋਤਰ ਮਹਾਰਾਜ ਨੇ ਇਹ ਬਾਣੀ 12 ਮਹੀਨਿਆਂ ਦਾ ਉਪਦੇਸ਼ ਦੇਣ ਤੋਂ ਪਹਿਲਾਂ ਸਾਨੂੰ ਦੱਸਿਆ ਕਿ ਗੁਰਮੁਖ ਉਸ ਪ੍ਰਮਾਤਮਾ ਦੀ ਗੁਰਦਾਸ ਕਿਵੇਂ ਕਰਨੀ ਹੈ ਬੇਨਤੀ ਕਿਵੇਂ ਕਰਨੀ ਹੈ ਕਿਰਤ ਕਰਮ ਕੇ ਵਿਛੜੇ ਏ ਵੈਗਰੂ ਆਪਣੀ ਕਿਰਤ ਕਰਕੇ ਆਪਣੇ ਕੰਮਾਂ ਕਰਕੇ ਤੇਰੇ ਤੋਂ ਵਿਛੜ ਗਏ ਹਾਂ ਕਰ ਕਿਰਪਾ ਮੇਲ ਹੋ ਰਾਮ ਇਹ ਰਵੇਂ ਹੋਏ ਰਾਮ ਆਪ ਕਿਰਪਾ ਕਰਕੇ ਸਾਨੂੰ ਮਿਲਣਾ ਕਰੋ ਅਸੀਂ ਟੁੱਟੇ ਹੋਏ ਆ ਤੁਹਾਡੇ ਤੋਂ ਅਸੀਂ ਵਿਛੜੇ ਹੋਏ ਆ ਆਪ ਕਿਰਪਾ ਕਰਕੇ ਰਹਿਮਤ ਕਰਕੇ ਆਪਣੇ ਨਾਲ ਜੋੜਨਾ ਕਰੋ ਜੀ ਚਾਰ ਕੁੰਟ ਦਹ ਦਿਸ ਭ੍ਰਮੇ ਚਾਰ ਉੱਤਰ ਦੱਖਣ ਪੂਰਬ ਤੇ ਪਸ਼ਮ ਇਹ ਚਾਰ ਕੁੰਟਾਂ ਕਹਿੰਦੇ ਨੇ ਦਹ ਦਿਸ ਤੋਂ ਭਾਵ ਹੁੰਦਾ ਹੈ ਇਹ ਚਾਰ ਕੁੰਟਾਂ ਔਰ ਚਾਰ ਇਹਨਾਂ ਦੀਆਂ ਗੁੱਠਾਂ ਆਕਾਸ਼ ਤੇ ਧਰਤੀ ਇਹ ਤਾਂ ਬਣਦੀਆਂ ਨੇ 10 ਉੱਤਰ ਦੱਖਣ ਪੂਰਬ ਪਸ਼ਮ ਉਵੈਵ ਨੈਰਤ ਕੋਣ ਤੇ ਇਸ਼ਾਨ ਇਹ ਚਾਰ ਉਪ ਦਿਸ਼ਾਵਾਂ ਧਰਤੀ ਤੇ ਆਕਾਸ਼ ਇਹਨਾਂ ਦਸਾਂ ਦਿਸ਼ਾ ਦੇ ਵਿੱਚ ਭਟਕਣਾ ਕਰਕੇ ਵੇਖ ਲਿਆ ਹੈ ਥੱਕ ਆਏ ਪ੍ਰਭ ਕੀ ਸ਼ਾਮ ਇਹ ਮਾਰੇ ਥੱਕ ਕਰਕੇ ਤੇ ਤੁਹਾਡੀ ਸ਼ਾਮ ਸ਼ਰਨ ਵਿੱਚ ਆਇਆ ਗੁਰੂ ਘਰ ਵਿੱਚ ਸ਼ਰਨ ਵਿੱਚ ਆਉਣ ਦਾ ਕਾਰਨ ਕੀ ਹੈ ਜਦੋਂ ਅਸੀਂ ਸੋਈਏ ਪੜਦੇ ਆ ਨਾ ਤੇ ਉੱਥੇ ਗੁਰਮੁਖ ਪਿਆਰੇ ਇੱਕ ਬਾਬੇ ਭਿਖੇ ਦਾ ਸੋਈਆ ਹੁੰਦਾ ਹੈ ਉਹ ਗੁਰੂ ਦੇ ਸਨਮੁਖ ਆ ਕੇ ਬੇਨਤੀ ਕਰਦਾ ਪਾਸ਼ਾ ਤੁਹਾਡੇ ਕੋਲ ਆਏ ਕਿਉਂ ਆ ਰਹਿਓ ਬਰਸਾਂ ਟੋਲ ਸਾਧ ਬਹੁ ਤੇਰੇ ਡੇਠੇ ਸੰਿਆਸੀ ਤਪਸੀਹ ਮੁਖੋਂ ਇਹ ਪੰਡਤ ਮਿੱਠੇ ਬਰਸ ਏਕੋਂ ਫਿਰਿਓ ਕਿਨੂ ਨੂੰ ਪਰਚੂ ਲਾਇਓ ਕਹਤੇ ਕਹਤੀ ਸੁਣੀ ਰਹਿਦ ਕੋ ਖੁਸ਼ੀ ਨ ਆਇਓ ਹਰ ਨਾਮ ਛੂਡ ਦੂਜੇ ਲੱਗੇ ਤਿੰਨ ਕੇ ਗੁਣੋਂ ਕਿਆ ਕਹੂੰ ਗੁਰਦੈਉ ਮਲਾਇਓ ਭਿਖਿਆ ਜਿਵੇਂ ਤੂੰ ਰੱਖੇ ਤਿਵਰੋ ਬਾਬਾ ਭਿਖਾ ਕਹਿੰਦਾ ਵੀ ਮਹਾਰਾਜ ਬੜਿਆਂ ਥਾਵਾਂ ਤੇ ਗਿਆ ਹੈ ਗੱਲਾਂ ਬਾਤਾਂ ਬੜੀਆਂ ਕਰਦੇ ਨੇ ਪਰ ਪੱਲੇ ਕੱਖ ਨਹੀਂ ਜਿਵੇਂ ਅਸੀਂ ਤੁਹਾਨੂੰ ਕਹਿੰਨੇ ਵੀ ਮਾਇਆ 나ਗਣੀ ਹੈ ਤੇ ਸਾਨੂੰ ਲਫਾਫੇ ਚ ਘਟ ਮਿਲਣ ਤੇ ਉਦੋਂ ਸਾਨੂੰ 나ਗ ਲੜ ਜਾਂਦਾ ਹੁਣ ਤੁਹਾਡੇ ਲਈ ਨਾਗਣੀ ਨਹੀਂ ਧਰਮੀ ਬੰਦੇ ਦੀ ਗੁਰਮੁਖੋ ਵੱਡੀ ਪਹਿਚਾਨ ਜੇ ਪਿਉ ਦੇ ਅੰਦਰ ਸੰਤੋਖ ਹੋਵੇ ਸੰਤੋਖ ਪਤਾ ਨਹੀਂ ਕੀ ਗੱਲ ਸਾਡੀ ਤਸਰ ਕਿਉਂ ਨਹੀਂ ਹੁੰਦਾ ਗੁਰੂ ਪੰਚਮ ਪਾਤਸ਼ਾਹ ਦੇ ਪਾਵਨ ਸ਼ਲੋਕ ਸ਼ਬਦ ਨੂੰ ਅੰਦਰ ਧਾਰ ਕੇ ਰੱਖੀਏ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਮਿਰਤ ਸਭ ਕਾਜੇ ਆਪਾਂ ਪਾਣੀ ਪੜਦੇ ਰੋਜ਼ਾਨਾ ਸੁਣਿਆ ਸਤ ਇਹ ਮੀ ਆਪਾਂ ਕਹਿੰਦੇ ਜੀ ਗਿਆਨੀ ਹੋਇਆ ਫਲਾਣਾ ਬ੍ਰਹਮ ਗਿਆਨੀ ਕਿਵੇਂ ਬਣ ਗਿਆ ਪਾਤਸ਼ਾਹ ਨੇ ਸਾਨੂੰ ਥਾਂ ਦਾ ਜਾਜ ਦੱਸੀ ਹੈ ਕਹਿੰਦੇ ਸੁਣੀਏ ਸਤ ਸੰਤੋਖ ਸਤ ਨੂੰ ਸੁਣ ਤੇ ਸੰਤੋਖ ਤੇ ਸਹਿਜ ਸੁਣ ਗਿਆਨ ਹੋ ਜਾਏਗਾ ਬੜਾ ਸੌਖਾ ਤਰੀਕਾ ਹੈ ਨਾ ਅਸੀਂ ਸਾਦੇ ਧਾਰ ਨਹੀਂ ਤੇ ਨਾ ਸੰਤੋਖ ਗੱਲ ਕਿਵੇਂ ਬਣੇ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾ ਇਸ਼ਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੂਖ ਪਾਪ ਕਰਨਾਸ ਜਿਹੜੇ ਤੇਰੇ ਅੰਦਰ ਪਾਪ ਤੇ ਦੋਸ਼ ਕੀਤੇ ਰਹਿਣਾ ਆਪਾਂ ਦੂਜਿਆਂ ਨੂੰ ਸੁਣਾਉਣੇ ਪਰ ਆਪ ਨਹੀਂ ਸੁਣਦੇ ਇੱਥੇ ਗੁਰਦੇਵ ਕਹਿੰਦੇ ਆਪ ਸੁਣ ਆਪਾਂ ਦੂਜਿਆਂ ਨੂੰ ਸੁਣਾਉਣੇ ਇਸ ਕਰਕੇ ਤੇ ਬੇਨਤੀ ਮਹਾਰਾਜ ਬੜੀ ਥਾਂ ਤੇ ਭੜਕੇ ਵੇਖਿਆ ਚਾਰ ਦਿਸ਼ਾ 10 ਦਿਸ਼ਾਵਾਂ ਇਸੇ ਪ੍ਰਕਾਰ ਥੱਕ ਕਰਕੇ ਹਾਰ ਉੱਟ ਕੇ ਤੇਰੀ ਸ਼ਰਨ ਨੂੰ ਗ੍ਰਹਿਣ ਕੀਤਾ ਕਿਰਪਾ ਕਰੀਂ ਤੇਨ ਦੁੱਧ ਦੇ ਬਾਹਰੀ ਜਿਵੇਂ ਭਾਈ ਕਿਸੇ ਨੇ ਗਾਂ ਰੱਖੀ ਹੋਵੇ ਤੇ ਉਹ ਦੁੱਧ ਨਾ ਦੇਵੇ ਕਿਤਨ ਆਵੇ ਕਾਮ ਹੁਣ ਕੇਵਲ ਪੱਠਿਆਂ ਵਾਸਤੇ ਥੋੜੀ ਹੈ ਗਾਂ ਤਾਂ ਤਾਂ ਰੱਖੀ ਜਾਂਦੀ ਹੈ ਜੇ ਉਹ ਦੁੱਧ ਦੇਵੇ ਇਸ ਪ੍ਰਕਾਰ ਇਹ ਮਲੂਖਾ ਦੇਹੀ ਜਿਹੜੀ ਹੈ ਨਾ ਇਹ ਤਾਂ ਸਭ ਲਈ ਵੀ ਜੇ ਇਹਦੇ ਚੋਂ ਆਤਮ ਗਿਆਨ ਰੂਪੀ ਦੁੱਧ ਹੀ ਪ੍ਰਾਪਤ ਹੋਵੇ ਤਾਂ ਨਹੀਂ ਤੇ ਦੇ ਵੀ ਕਿਸੇ ਕੰਮ ਨਹੀਂ ਜੇ ਸਾਨੂੰ ਸਤਿਗੁਰੂ ਪਾਤਸ਼ਾਹ ਮਾਰ ਵਾਰ-ਵਾਰ ਪਟੋਕੀਆਂ ਮਾਰਦੇ ਬੱਚੇ ਨੂੰ ਜਿਵੇਂ ਲਾੜ ਕਰਕੇ ਤੇ ਨਾਲੇ ਸਟਾੜੀ ਦਾ ਨਾ ਉਹਨੂੰ ਕਹਿੰਦੇ ਨੇ ਪਟੋਕੀ ਗੁਰੂ ਪੰਚਮ ਪਾਤਸ਼ਾਹ ਸਾਨੂੰ ਪਟੋਕੀਆਂ ਮਾਰਦੇ ਨੇ ਕਹਿੰਦੇ ਨੇ ਵਿਸ਼ਟਾ ਅਸਤ ਰਗਤ ਪਰੇਟੇ ਚਾਮ ਇਸ ਉੱਪਰਲੇ ਰੱਖੋ ਕਮਾਨ ਆਪਾਂ ਬੜਾ ਕਹਿੰਦੇ ਫਲਾਣਾ ਬੜਾ ਸੋਹਣਾ ਮੈਂ ਬੜਾ ਸੋਹਣਾ ਤੇ ਗੁਰੂ ਪੰਜਵੇਂ ਪਾਸਾ ਕਹਿੰਦੇ ਕਦੇ ਆਪਣੇ ਸੋਹਣੇ ਪੋਲੇ ਵੱਲ ਵੇਖ ਲਾ ਕਾਹਦਾ ਸੋਹਣਾ ਤੂੰ ਕੀ ਵਿਸ਼ਟਾ ਗੰਦਗੀ ਅਸਤ ਹੱਡੀਆਂ ਰਗਤ ਖੂਨ ਇਹ ਚਮੜੇ ਦੀ ਚਾਦਰ ਤੇ ਲਪੇਟਿਆ ਤੇ ਮਾਨ ਕਾਹਦਾ ਗੁਰਬਾਣੀ ਦੀ ਪੰਕਤੀ ਮੈਂ ਫਿਰ ਰਿਪੀਟ ਕਰਾਂ ਵਿਸ਼ਟਾ ਅਸਤ ਰਗਤ ਪਰੇਟੇ ਚਾਮ ਇਸ ਉੱਪਰਲੇ ਰੱਖੋ ਕਮਾਨ ਇਹਦੇ ਤੇ ਕਾਹਦਾ ਅਹੰਕਾਰ ਕਰਦਾ ਚਮੜੇ ਦੀ ਪੰਡ ਵਿੱਚ ਗੰਦਗੀ ਹੱਡੀਆਂ ਤੇ ਖੂਨ ਹੋਰ ਹੈ ਕੀ ਹੇ ਮੇਰੇ ਵੈਗਰੂ ਅਸੀਂ ਥੱਕ ਕੇ ਤੇਰੀ ਸ਼ਰਨ ਵਿੱਚ ਆਏ ਆ ਸਾਡੀ ਤੇ ਰਹਿਮਤ ਕਰੀ ਜਲ ਬਿਨ ਸਾਖ ਕਮ ਲਾਵਤੀ ਜਿਵੇਂ ਭਾਈ ਪਾਣੀ ਤੋਂ ਬਿਨਾ ਜਿਹੜੇ ਆਪਾਂ ਨਿੱਕੇ ਨਿੱਕੇ ਬੂਟੇ ਲਾਏ ਨੇ ਫਸਲ ਲਾਈਏ ਫਲ ਤੇ ਫੁੱਲ ਨੇ ਉਹ ਕਮਲਾ ਜਾਂਦੇ ਹਨ ਉਪਜੈ ਨਾਹੀ ਦਾਮ ਜਦੋਂ ਫਸਲ ਨੂੰ ਪਾਣੀ ਨਾ ਮਿਲਿਆ ਤੇ ਫਸਲ ਸੁੱਕ ਜਾਏਗੀ ਮੁੜ ਕੇ ਦਾਮ ਦਬੜੇ ਕਿੱਥੇ ਮਿਲਣੇ ਨੇ ਦਮੜੇ ਤਾਂ ਤਾਂ ਮਿਲਣਗੇ ਵੀ ਜੋ ਫਸਲ ਪੱਕ ਜਾਏ ਹੁਣ ਸਾਡੇ ਮੋਦੀ ਸਾਹਿਬ ਨੇ ਪਲਾਲਾ ਕੀਤਾ ਵੀ ਗੁਰਮੁਖੋ ਤੁਸੀਂ ਚਿੰਤਾ ਛੱਡੋ ਮੈਂ ਪਾਪੇ ਪਗਾ ਲਾਂਗਾ ਮਾਨੀ ਤੇ ਡਾਨੀ ਕੋਲੋਂ ਉਹ ਜ਼ਿਮੀਂਦਾਰਾਂ ਨੂੰ ਕਹਿੰਦਾ ਵੀ ਤੁਹਾਡੀ ਖੇਚਲ ਖਤਮ ਕਰ ਦਿਆਂਗਾ ਤੁਸੀਂ ਮਜ਼ਦੂਰੀ ਕਰਿਆ ਜੇ ਤੇ ਅਮਾਨੀ ਤੇ ਡਾਨੀ ਤੁਹਾਡੀਆਂ ਫਸਲਾਂ ਵੀੜਨਗੇ ਤੇ दाम ਅੱਧੇ ਉਹ ਲੈ ਜਾਏਗਾ ਤੇ ਅੱਧੇ ਮੈਂ ਲੈ ਲਾਂਗਾ ਗੁਰੂ ਸਾਨੂੰ ਉਹਨੂੰ ਸਮਤ ਭਗਤੇ ਕਿਤੇ ਵੈਗੁਰੂ ਕਿਰਪਾ ਕਰੇ ਰਹਿਮਤ ਕਰੇ ਤੁਹਾਡਾ ਟਾਈਮ ਹੋ ਗਿਆ ਹੈ ਰਾਜਾ ਖਵਾਉਣਾ ਸੌਖਾ ਪਰ ਬੜਨਾ ਬੜਾ ਔਖਾ ਜੀ ਇੱਕ ਮੁਸਲਮਾਨ ਬਜ਼ੁਰਗ ਤੁਸੀਂ ਇਤਿਹਾਸ ਪੜ੍ਹਨਾ ਮੁਸਲਮਾਨ ਬਜ਼ੁਰਗ ਰੋ ਰਿਹਾ ਹੈ ਕਹਿੰਦਾ ਅੱਲਾਹ ਤਾਲਾ ਕੀਤੇ ਸਲਾਮੀ ਰਾਜ ਹੁੰਦਾ ਕੋ ਮੁਸਲਮਾਨ ਭਰਾ ਰਾਜਾ ਹੁੰਦਾ ਤੇ ਮੈਂ ਇਹ ਕ੍ਰਾਂਣ ਦੀਆਂ ਪੋਥੀਆਂ ਲੋਕਾਂ 'ਚ ਵੰਡ ਕੇ ਤੇ ਮਾਇਆ ਕਮਾ ਕੇ ਤੇ ਆਪਣੀਆਂ ਲੋੜਾਂ ਦੀ ਪੂਰਤੀ ਕਰਨੀ ਸੀ ਇਤਿਹਾਸ ਦੀ ਗੱਲ ਜੀ ਇਤਿਹਾਸ ਦੀ ਕੁਦਰਤੀ ਤੌਰ ਤੇ ਜੀ ਨੂੰ ਰੋ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਕੋਲ ਦੀ ਲੰਘ ਰਿਹਾ ਤੇ ਕਹਿੰਦਾ ਬਜ਼ੁਰਗਾ ਕੀ ਆਖਿਆ ਈ ਕਹਿੰਦਾ ਕੀ ਕਹਿਣਾ ਮਹਾਰਾਜੇ ਨੇ ਆਪਣਾ ਲਿਬਾਸ ਬਦਲਿਆ ਹੋਇਆ ਸੀ ਕਹਿਣ ਲੱਗਾ ਜੀ ਮੈਂ ਕਹਿਣਾ ਕੀ ਹੈ ਮੈਂ ਅੱਲਾਹ ਤਾਲਾ ਦੇ ਅੱਗੇ ਦੁਆ ਕੀਤੀ ਵੀ ਜੇ ਕਿਤੇ ਮੁਸਲਮਾਨੀ ਹਕੂਮਤ ਹੁੰਦੀ ਤੇ ਇਹ ਕ੍ਰਾਂ ਦੀਆਂ ਕਾਪੀਆਂ ਮੈਂ ਵੇਚਦਾ ਤੇ ਮੈਨੂੰ 4 ਪੈਸੇ ਬਣਦੇ ਕਹਿੰਦੇ ਨੇ ਮਹਾਰਾਜੇ ਰਣਜੀਤ ਸਿੰਘ ਕਹਿਣ ਲੱਗਾ ਵੀ ਜਨੀਆਂ ਵੀ ਕਾਪੀਆਂ ਨੇ ਨਾ ਇਹ ਮੈਨੂੰ ਦੇ ਦੇ ਕ੍ਰਾਂ ਦੀਆਂ ਔਰ ਉਹਦੀ ਮੂਹ ਮੰਗਿਓ ਨੂੰ ਮਾਇਆ ਦਿੱਤੀ ਇਹਨੂੰ ਕਹਿੰਦੇ ਨੇ ਰਾਜ ਆਪਣੇ ਧਰਮ ਨਾਲ ਦੂਜਿਆਂ ਦਾ ਸਤਿਕਾਰ ਕਰਨਾ ਪਰ ਇਹ ਕਹਿੰਦੇ ਵੀ ਦੂਜੇ ਧਰਮਾਂ ਵਾਲੇ ਰਹਿਣ ਹੀ ਨਹੀਂ ਦੇਣੇ ਵੀ ਬਾਕੀਆਂ ਨੂੰ ਸਾਰੇ ਗੁੱਠੇ ਲਾ ਦਿਓ ਪਰ ਯਾਦ ਰੱਖਿਆ ਜੇ ਜਿਹੜਾ ਪ੍ਰਮਾਤਮਾ ਨਾਲ ਉਹਦੀ ਛੋਟੀ ਬੜੀ ਸਖਤ ਹੈ ਪਰ ਆਵਾਜ਼ ਘਟ ਕਰਦੀ ਮੋਦੀ ਜੀ ਛੋਟੀ ਬੜੀ ਸਖਤ ਰੱਬ ਦੀ ਡਰਿਓ ਉਹਦੇ ਤੋਂ ਰੱਬ ਦੀ ਛੋਟੀ ਦੀ ਆਵਾਜ਼ ਨਹੀਂ ਆਉਂਦੀ ਪਰ ਸੱਟ ਬੜੀ ਡਾਢੀ ਵੱਜਦੀ ਉਹ ਤੂੰ ਚੇਤੇ ਰੱਖ ਜਿਹੜੀ ਦਿੱਲੀ ਚ ਬੈਠਾ ਹੈ ਤੂੰ ਤਾਂ ਛੋਟੀ ਦੀ ਗੱਲ ਦਾ ਉਹਨਾਂ ਨੇ ਟੈਂਕ ਤੇ ਹਵਾਈ ਜਹਾਜ ਭੇਜੀ ਸੀ ਇੱਥੇ ਟੈਂਕ ਤੇ ਹਵਾਈ ਜਹਾਜ ਜਿਹੜੇ ਭੇਜੇ ਸੀ ਉਹ ਅਕਾਰ ਤੱਕ ਅਜੇ ਵੀ ਕਾਇਮ ਹੈ ਉਹ ਛੋਟੀ ਵੀ ਗਾਇ ਹੈ ਤੇ ਟੈਂਕ ਵੀ ਗਾਇ ਹੈ ਗੁਰੂ ਕਿਰਪਾ ਕਰਕੇ ਸਮਤ ਦੇਵੇ ਮੈਂ ਕੇਵਲ ਤੇ ਇੱਕ ਬਲ ਗੰਥੀ ਹੋਣ ਦੇ ਨਾਤੇ ਮੇਰੇ ਅੰਦਰ ਦਰਦ ਹੈ ਔਰ ਗੰਥੀ ਦਾ ਕੰਮ ਮੈਂ ਡਿਊਟੀ ਕਰਨੀ ਅਰਦਾਸ ਕਰਨੀ ਮੈਂ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਕਰਾਂਗਾ ਪਾਤਸ਼ਾਹ ਅਸੀਂ ਅਰਦਾਸ ਕਰਦੇ ਹਾਂ ਸਰਬੱਤ ਦਾ ਭਲਾ ਇਹਨਾਂ ਨੂੰ ਸਮਤ ਦੇ ਇਹਨਾਂ ਦੀ ਅਖਲ ਤੇ ਜਿਹੜਾ ਪਰਦਾ ਪਿਆ ਉਹ ਪਰਦਾ ਲਾ ਦੇ ਅਸੀਂ ਬੇਨਤੀ ਕਰਦੇ ਹਾਂ ਸੋ ਮੇਰੇ ਪਾਤਸ਼ਾਹ ਕਹਿੰਦੇ ਨੇ ਹਰ ਨਾਂ ਨਾ ਮਿਲ ਗਏ ਸਾਜ ਨੇ ਕਤ ਪਾਈਏ ਬਸਰਾਮ ਜਿੰਨਾ ਚਿਰ ਇਹ ਜੀਵ ਪਰਿਪੂਰਨ ਪ੍ਰਮਾਤਮਾ ਨੂੰ ਨਹੀਂ ਨਾ ਮਿਲਦਾ ਉਹਨਾਂ ਚਿਰ ਇਹਦੇ ਮਨ ਨੂੰ ਟਿਕਾ ਨਹੀਂ ਆਉਣਾ ਜਿਤ ਕਰ ਹਾਰ ਕੰਤ ਨਾ ਪ੍ਰਗਟਈ ਕਰਦਾ ਪਾਵੈ ਅੰਤਿਸ਼ ਕਰਨ ਅੰਤਿਸ਼ ਕਰਨ ਰੂਪੀ ਘਰ ਦੇ ਵਿੱਚ ਜਿਨ੍ਹਾਂ ਚਿਰ ਵੈਗਰੂ ਪ੍ਰਗਟ ਨਹੀਂ ਹੁੰਦਾ ਪਠ ਨਗਰ ਸੇ ਗ੍ਰਾਮ ਜਿਹੜਾ ਨਗਰ ਹੁੰਦਾ ਉਹ ਗੁਰਮੁਖੋ ਵੱਡਾ ਹੁੰਦਾ ਉਹਨੂੰ ਟਾਊਨ ਕਹਿੰਦੇ ਨਗਰ ਦਾ ਟਾਊਨ ਗ੍ਰਾਮ ਦਾ ਅਰਥ ਦਾ ਪਿੰਡ ਇਥੇ ਕਿਸੇ ਦੀ ਦੇ ਵੱਡੀ ਐ ਕਿਸੇ ਦੀ ਛੋਟੀ ਐ ਉਹ ਵਿਕਾਰਾਂ ਨਾਲ ਤਪਦੀ ਐ ਜਿੰਨਾ ਚਿਰ ਨਾਮ ਨਾ ਆਇਆ ਉਹਨਾਂ ਚਰ ਠੰਡ ਨਹੀਂ ਪੈਣੀ ਸ਼ਰਾਬ ਸਿਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਖਾਮ ਦਾ ਅਰਥ ਲਫਜ਼ ਹਨ ਖਾਮ ਸ਼ਬਦ ਇਹ ਫਾਰਸੀ ਜ਼ਬਾਨ ਦਾ ਸ਼ਬਦ ਹੈ ਤੇ ਖਾਮ ਕਹਿੰਦੇ ਨੇ ਕੱਚੇ ਨੂੰ ਜਿਵੇਂ ਇੱਕ ਸਾਡੀ ਧੀ ਪਹਿਣ ਬੱਚੀ ਉਨੇ ਆਪਣੇ ਆਪ ਨੂੰ ਸਵਾਰਿਆ ਸ਼ਿੰਗਾਰ ਕੀਤੇ ਨੇ ਪਰ ਸਣੇ ਦੇ ਦੇ ਇਹ ਸ਼ਿੰਗਾਰ ਵੀ ਝੂਠੇ ਤੇ ਦੇਹ ਵੀ ਝੂਠੀ ਸ੍ਰਬ 시ਗਾਰ ਤਮੋਰ ਰਸ ਸਣ ਦੇ ਹੀ ਸਭ ਖਾਮ ਇਸ ਦੇਹ ਦੇ ਸਣੇ ਇਹ ਸ਼ਿੰਗਾਰ ਇਤਿਆਜ਼ ਸਾਰੇ ਝੂਠੇ ਨੇ ਕੱਚੇ ਹਨ ਪ੍ਰਭ ਸੁਆਮੀ ਕੰਤ ਵਿਹੂਣੀਆਂ ਪਰਿਪੂਰਨ ਪ੍ਰਮਾਤਮਾ ਤੋਂ ਬਣੇ ਜਿਹੜੀ ਜੀਵ ਰੂਪੀ ਇਸਤਰੀਆਂ ਹਨ ਨੀਤ ਸੱਜਣ ਸਭ ਜਾਮ ਇਹ ਜਿਹੜੇ ਤੇਰੇ ਮਿੱਤਰ ਦੋਸਤ ਨੇ ਗੁਰਮੁਖਾ ਮਿੱਤਰ ਨਾਲ ਸਮਝ ਇਹ ਜਮ ਨੇ ਜਾਵੋ ਜਦ ਦਿਨ ਜਾਨ ਨਿਕਲ ਗਈ ਨਾ ਮੈਂ ਆਮ ਕਈ ਵਾਰ ਬੋਲਦਾ ਹੁੰਨਾ ਅਖੇ ਗਿਆਨੀ ਜੀ ਬਾਪੂ ਜੀ ਬੜੇ ਕਮੋਕੀ ਮਰੇ ਕਿੱਡੀ ਨਕਮੀ ਗੱਲ ਕੀਤੀ ਕਿਸੇ ਨੇ ਫੋਨ ਆਇਆ ਗਿਆਨੀ ਜੀ ਮੈਂ ਕਿਹਾ ਦੱਸੋ ਕਹਿੰਦੇ ਜੀ ਪਿਦਾਰੀ ਚੜਾਈ ਕਰਕੇ ਤੇ ਬੜੇ ਬਟਾਏਵੇਂ ਮਰੇ ਮੈਂ ਕਿਹਾ ਤੂੰ ਟਾਈਮ ਨਾਲ ਮਰ ਜੀ ਇਹ ਗੱਲ ਕਿੱਡੀ ਮਨ ਨੂੰ ਚੁਪਦੀ ਹੈ ਵੀ ਮੌਤ ਬੰਦੇ ਤੇ ਵਸਦੀ ਕੱਲ ਹੈ ਪਤਾ ਨਹੀਂ ਕਦੋਂ ਆ ਜਾਏ ਇਹ ਮੇਰੇ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੂੰ ਆਪਣੇ ਸਮਝਦਾ ਨਾ ਮੇਰੇ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਬੋਲੇ ਘਰ ਕੀ ਨਾਰ ਬਹੁਤ ਹਿਤ ਜਾਣ ਸੋ ਸਦਾ ਰਹਿਤ ਸੰਗ ਲਾਗੀ ਜਦ ਹੀ ਅੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਉਹ ਬੀਬੀ ਧਰਮ ਪਤਨੀ ਜਿਹੜੀ ਕਹਿੰਦੀ ਸੀ ਵੀ ਪੇਕਿਆਂ ਨੇ ਅਖਣਾ ਵੀ ਭੈਣ ਦੀ ਅੱਜ ਸਾਡੇ ਕੋ ਰਹਿਣਾ ਨਹੀਂ ਤੇ ਕਹਿਣਾ ਮੇਰਾ ਵੀਰ ਸਰਦਾ ਨਹੀਂ ਤੁਹਾਡਾ ਭਣੋਈਆ ਮੇਰੇ ਹੱਥਾਂ ਤੋਂ ਮਿਲਣਾ ਕਿਸੇ ਦੀ ਰੋਟੀ ਨਹੀਂ ਖਾਂਦਾ ਤੇ ਜਦਨ ਮਰ ਗਿਆ ਨਾ ਹੁਣ ਜਿਹਦੇ ਨਾਲ 40 45 ਸਾਲ ਕੱਢੇ ਕਿਸੇ ਮੁਕ ਸੁਪਨੇ ਚ ਆ ਹੀ ਜਾਂਦਾ ਨਾ ਬੀਬੀ ਨੂੰ ਆਇਆ ਸੁਪਨਾ ਤੇ ਬੀਬੀ ਆ ਆਪਣੇ ਘਰੋਂ ਘਰ ਪੁੱਤ ਨੂੰ ਕਹਿੰਦੀ ਪੁੱਤਰ ਮੈਨੂੰ ਜਾਪਦਾ ਵੀ ਬਾਬਿਆਂ ਨੇ ਚੰਗੀ ਤਰ੍ਹਾਂ ਪਾੜ ਨਹੀਂ ਕੀਤਾ ਬਾਬਿਆਂ ਤੇ ਵੇਖੋ ਐਲੀਕੇਸ਼ਨ ਸੁਪਨਾ ਆਇਆ ਤੇ ਕਹਿੰਦੀ ਬਾਬਿਆਂ ਨੇ ਚੰਗੀ ਤਰ੍ਹਾਂ ਪਾੜ ਨਹੀਂ ਕੀਤਾ ਕਹਿੰਦਾ ਬੇਬੇ ਕਿਵੇਂ ਕਹਿਣ ਲੱਗਾ ਰਾਤ ਮੈਨੂੰ ਤੇਰਾ ਪਿਓ ਵਿਖਾੜੀ ਦਿੰਦਾ ਸੀ ਉਹਨੂੰ ਆਉਂਤਰੇ ਨੂੰ ਮਗਰੋਂ ਲਾ ਕਿਤੇ ਲੈ ਨਾ ਜਾਏ ਮੈਨੂੰ ਆਹ ਜੇ ਸਾਡੀ ਸਾਂਹ ਮੇਰੀ ਗੱਲ ਤੇ ਸੁਣਾ ਨਹੀਂ ਕਿਥੋਂ ਇਹ ਆਪਾਂ ਸਾਰਿਆਂ ਨੂੰ ਵਾਪਰਦੀ ਹੈ 45 ਸਾਲ ਉਹਦੇ ਘਰ ਵਸੀ ਜਦੋਂ ਲਾਵਾਂ ਹੋਈਆਂ ਸੀ ਉਹ ਤੇ ਰਾਗੀ ਸੰਗਾਂ ਨੇ ਪੰਕਤੀ ਪੜੀ ਸੱਬੇ ਸਾਖ ਕੁੜਾਵੇ ਡੇਠੇ ਤੋਂ ਪੱਲੇ ਤੈੜੇ ਲਾਗੀ ਨਾਲੇ ਰਾਗੀ ਪੜਦੇ ਨਾਲੇ ਬੀਬੀ ਪੜਦੀ ਸੀ ਤੇ ਅੱਜ ਉਹਨੂੰ ਸੁਪਨੇ ਵਿੱਚ ਵੇਖ ਕੇ ਵੀ ਰਾਜੀ ਨਹੀਂ ਇਹ ਗੱਲ ਕਿਸੇ ਦੀ ਨਹੀਂ ਆਪਣੇ ਸਾਰਿਆਂ ਦੀ ਹੈ ਇਹ ਜਮਨੇ ਜਿਹੜੇ ਸਕੇ ਨੇ ਨਾ ਆਪਾਂ ਮੁਕਤਾਂ ਵੇਰ ਨੇ ਨਾ ਤੇ ਚੇਚੇ ਤੌਰ ਤੇ ਭਤੀਜੇ ਮੋਢਾ ਦੇਂਦੇ ਸਾਡਾ ਤਾਇਆ ਮਰਿਆ ਪੁਣ ਤਾਇਆ ਨੂੰ ਇਹੋ ਜਿਹਾ ਛੱਡ ਕਿਉਂਣਾ ਵੀ ਮੁੜ ਕੇ ਤਾਇਆ ਘਰ ਹੀ ਨਾ ਆਵੇ ਇਹ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਮਿੱਤਰ ਸੱਜਣ ਸਮਝਦਾ ਨਾ ਇਹ ਸਾਰੇ ਜਮ ਨੇ ਇਹ ਤੈਨੂੰ ਪਹੁੰਚਾਉਣ ਤੱਕ ਸੀਮਤ ਹਨ ਨਾਨਕ ਕੀ ਬੇਨੰਤੀਆ ਅਸੀਂ ਸਾਰੇ ਜਣੇ ਬੇਨਤੀ ਕਰੀਏ ਏ ਵਾਹਿਗੁਰੂ ਅਸੀਂ ਤੈਨੂੰ ਬੇਨਤੀ ਕਰਦੇ ਹਾਂ ਤੇਰੇ ਅਗੇ ਹਾੜਾ ਕੱਢਦੇ ਹਾਂ ਤਰਲਾ ਕਰਦੇ ਹਾਂ ਕਰ ਕਿਰਪਾ ਦੀਜੈ ਨਾਮ ਸਾਡੇ ਤੇ ਕਿਰਪਾ ਕਰ ਸਾਨੂੰ ਨਾਮ ਦੀ ਬਖਸ਼ਿਸ਼ ਕਰ ਆਪਾਂ ਤਾਂ ਪਦਾਰਥ ਮੰਗੀ ਜਾਂਦੇ ਗੁਰਮੁਖੋ ਕਿਤੇ ਨਾਮ ਮੰਗਿਆ ਕਰੋ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਆਨ ਰੂਤ ਨਹੀਂ ਨਹੀਂ ਮਤ ਪਰਮ ਭੂਲੋ ਭੂਲੋ ਹਰ ਮੇਲੋ ਸੁਆਮੀ ਸੰਗ ਪ੍ਰਭ ਗੁਰੂ ਤੇਰੇ ਅਗੇ ਅਰਦਾਸ ਕਰਦੇ ਪੀ ਅਸੀਂ ਤੇਰੇ ਨਾਲ ਬਿਛਨੇ ਆ ਤੇ ਸਾਨੂੰ ਆਪਣੇ ਨਾਲ ਮਿਲਾਉਣਾ ਕਰੋ ਜੀ ਜਿਸ ਕਾ ਨੇਹ ਚਲਤਾਮ ਜੀ ਦਾ ਭਾਈ ਘਰ ਜਿਹੜਾ ਨਾ ਆਪਾਂ ਕਹਿੰਨੇ ਮੈਂ ਇੰਨੇ ਸਾਲ ਪਹਿਲਾਂ ਇੱਥੇ ਲੰਘਿਆ ਆ ਸਾਂ ਕੱਚਾ ਜ ਮਕਾਨ ਹੁੰਦਾ ਸੀ ਹੁਣ ਬਹੁਤ ਵਧੀਆ ਕੋਠੀ ਬਣ ਗਈ ਕੱਚਾ ਟਹਿ ਗਿਆ ਤੇ ਮੁੜ ਕੇ ਪੱਕਾ ਵੀ ਟਹਿ ਜਾਏਗਾ ਮੇਰੇ ਪਾਤਸ਼ਾਹ ਕਈ ਦਿਨ ਹੀ ਵਾਹਿਗੁਰੂ ਅਸੀਂ ਤੇਰੇ ਗਿਰਦਾਸ ਕਰਦੇ ਆਂ ਸਾਨੂੰ ਆਪਣੇ ਬਲਾ ਤੇ ਤੇਰੇ ਅਗੇ ਤਾਂ ਬੇਨਤੀ ਕਰਦੇ ਵੀ ਤੇਰਾ ਘਰ ਟਹਿਣ ਵਾਲਾ ਨਹੀਂ ਤੇਰਾ ਘਰ ਬਦਲਣ ਵਾਲਾ ਨਹੀਂ ਉਹ ਘਰ ਕਿਹੜਾ ਬੇਗਮਪੁਰਾ ਸ਼ਹਿਰ ਕੋ ਨਾਓ ਦੁਖ ਅੰਧੋ ਨਹੀਂ ਤੈ ਠਾਓ ਚੇਤ ਗੋਵਿੰਦ ਆਰਾਦੀ ਐ ਜਿਹੜਾ ਅੱਧਾ ਮਹੀਨਾ ਅਗੇ ਰਵਾਜ ਹੁੰਦਾ ਸੀ ਪਿੰਡਾਂ ਦੇ ਵਿੱਚ ਮੈਂ ਪਿੰਡਾਂ ਚੋਂ ਹਾਂ ਤੇ ਬੀਬੀਆਂ ਨੇ ਕਹਿਣਾ ਬਾਪੂ ਕੋਲ ਨਾਮ ਪੁੱਛਣਾ ਮੈਂ ਕਿੰਨੀ ਹਰਾਨੀ ਦੀ ਗੱਲ ਸਾਡੀ ਸਮਾਜ ਵਿੱਚ ਇੰਨੇ ਢਲਾਈ ਰੱਖੇ ਜੀ ਜਦੋਂ ਮਹੀਨੇ ਦਾ ਨਾਮ ਪੁੱਛਣਾ ਨਾ ਬੰਦਿਆਂ ਕੋਲ ਪੁੱਛਣਾ ਚਾਹੀਦਾ ਤੇ ਉਹਨੂੰ ਪੁੱਛੇ ਬੰਦਾ ਕੋਠੇ ਤੋਂ ਡੱਕਾ ਬੰਦਾ ਬੀਬੀ ਨੂੰ ਨਹੀਂ ਜੰਮਿਆ ਇਹ ਸਾਡੀਆਂ ਬੀਬੀਆਂ ਚ ਬੜੀ ਢਲਾਈ ਮੈਂ ਵੇਖੀ ਮੈਂ ਪਿੰਡਾਂ ਦਾ ਰਹਿਣ ਵਾਲਾ ਤੇ ਇਹਨਾਂ ਵਹਿਮ ਹੈ ਪਿੰ ਮੀਨੀ ਦਾ ਨਾ ਬੰਦੇ ਕੋਲ ਸੁਣਨਾ ਤੇ ਬੰਦੇ ਨੇ ਰਾਤ ਲਾਣ ਪੀਤੀ ਤੇ ਨਾਤਾ ਵੀ ਨਹੀਂ 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 ਇਹ ਨਹੀਂ ਚਾਹੀਦਾ ਅਸੀਂ ਗੁਰੂ ਕੋਲ ਸੁਣੀਏ ਚੇਤ ਦੇ ਮਹੀਨੇ ਦੁਆਰਾ ਮੇਰੇ ਗੁਰਦੇਵ ਕਹਿੰਦੇ ਚੇਤ ਗਵਿੰਦ ਰੱਦੀਏ ਚੇਤਨਾ ਹੀ ਤੇ ਚੇਤ ਚਿੱਤ ਦਾ ਭਗ ਚੇਤੇ ਕਰਨ ਚੇਤਾ ਹੀ ਤਾਂ ਚੇਤ ਸਹਬ ਸੱਚਾ ਸੋ ਧਣੀ ਜੇ ਚੇਤੇ ਕਰ ਸਕਦਾ ਨਾ ਜਿਹੜਾ ਸਾਰਿਆਂ ਦਾ ਮਾਲਕ ਹੈ ਨਾ ਉਹਨੂੰ ਚੇਤੇ ਕਰੇ ਚੇਤਨਾ ਹੈ ਤੂੰ ਚਿਦਲੇ ਨਿਸ ਦਿਨ ਮੇਂ ਪੁਰਾਨੀ ਛਿਨ ਛਿਨ ਉਹ ਬਿਹਾਰ ਹੈ ਟੂਟੀ ਕਟਜੋ ਪਿਆਨੀ ਜਿਵੇਂ ਟੂਟੇ ਘੜੇ ਚੋਂ ਗੁਰਮੁਖਾ ਪਾਣੀ ਵਗਦਾ ਨਾ ਇਹ ਆਪਨੇ ਸਰੀਰ ਚ ਨੌ ਮੋਰੀਆਂ ਨੇ ਆਪਾਂ ਖਾਲੀ ਹੋ ਰਿਆਂ ਖਾਲੀ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਚੇਤ ਗੋਵਿੰਦ ਅਰਾਧਿ ਗਏ ਜਿਹੜਾ ਧਰਤੀ ਦੀ ਰੱਖਿਆ ਕਰਨ ਵਾਲਾ ਪ੍ਰਮਾਤਮਾ ਨਾ ਉਹਦੀ ਅਰਾਧਨਾ ਕਰਨ ਕਰੀਏ ਹੋਵੇਗਾ ਕਿ ਹੋਵੇ ਆਨੰਦ ਕਣਾ ਕਣਾ ਤੋਂ ਭਾਵ ਬਹੁਤਾ ਆਨੰਦਾ ਭਾਵ ਖੁਸ਼ੀ ਤੈਨੂੰ ਬਹੁਤੀ ਖੁਸ਼ੀ ਮਿਲੇਗੀ ਸੰਤ ਜਨ ਮਿਲ ਪਾਈ ਐ ਜਿਹੜੀਆਂ ਸਤ ਨਾਲ ਜੁੜੀਆਂ ਹੋਈਆਂ ਆਤਮਾ ਨੇ ਜਿਹੜੇ ਸਤ ਨਾਲ ਜੁੜੇ ਹੋਏ ਗੁਰਮੁਖ ਪਿਆਰੇ ਭਾਵੇਂ ਪੈਣ ਹੋਵੇ ਭਾਵੇਂ ਵੀਰ ਹੋਵੇ ਬਹਾਨਾ ਬਣਦਾ ਨਾ ਸੰਤ ਉਹ ਜਿਹਨਾਂ ਸਾਸ ਕਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸਤਨਾ ਡੁੜਿਆ ਹੋਵੇ ਸੋ ਇਸ ਪ੍ਰਕਾਰ ਜਿਹੜੇ ਪਰਮੇਸ਼ਰ ਦੀਆਂ ਪਿਆਰੀਆਂ ਪਵਿੱਤਰ ਰੂਹਾਂ ਨੇ ਗੁਰਮੁਖ ਜਨ ਨੇ ਸਤਨਾ ਡੋੜੇ ਨੇ ਉਹਨਾਂ ਨਾਲ ਜਿਹੜੇ ਮਿਲੇਗਾ ਤੇ ਪ੍ਰਾਪਤੀ ਹੋਵੇਗੀ ਪ੍ਰਾਪਤੀ ਕਿਸ ਤਰ੍ਹਾਂ ਰਸਨਾ ਨਾਮ ਪੜਾ ਆਪਣੀ ਰਸਨਾ ਦੇ ਦੁਆਰਾ ਉਸ ਪਰਮਾਤਮਾ ਦਾ ਨਾਮ ਲੈਣਾ ਇਸੇ ਕਰਕੇ ਸਾਡੇ ਬਡੇਰਿਆਂ ਨੇ ਜਦੋਂ ਆਪਰ ਅਰਦਾਸ ਕਰਦੇ ਆ ਤੇ ਵਾਰ-ਵਾਰ ਉਹ ਗੁਰਮੁਖ ਪਿਆਰੇ ਕਹਿੰਦੇ ਬੋਲੂ ਜੀ ਵਹਿਗੁਰੂ ਬੋਲੂ ਜੀ ਵਹਿਗੁਰੂ ਤਾਂ ਕਿ ਸਾਡੀ ਜਵਾਨ ਸਫਲੀ ਹੋ ਜਾਏ ਮੇਰੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦੇ ਪਿਆਰ ਨੂੰ ਮਿਲ ਕੇ ਆਪ ਆਪਣੀ ਰਸਨਾ ਦੇ ਨਾਲ ਉਸ ਵੈਗਰੂ ਦੀ ਵਡਿਆਈ ਕਰੀਏ ਉਹਦਾ ਨਾਮ ਬੋਲਣਾ ਕਰੀਏ ਜਿਨ ਪਾਇਆ ਪ੍ਰਭ ਆਪਣਾ ਤੇ ਜਿਨ੍ਹਾਂ ਨੇ ਕਹਿੰਦੇ ਵੈਗਰੂ ਨੂੰ ਆਪਣਾ ਬਣਾ ਲਿਆ ਨਾ ਸਾਡੀ ਵਸਤਾ ਸਭ ਕੀ ਛਾਪਨਾ ਇਕਰਾਮ ਪਰਾਇਆ ਇਹ ਧੀ ਮੇਰੀ ਇਹ ਪੁੱਤ ਮੇਰਾ ਇਹ ਚਾਚਾ ਮੇਰਾ ਭਤੀਆ ਮੇਰਾ ਤੇ ਰੱਬ ਦਾ ਕਿਸੇ ਨੂੰ ਚੇਤਾ ਕਦੀ ਅਸੀਂ ਆਖਿਆ ਵੀ ਰੱਬ ਵੀ ਮੇਰਾ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਜਿਨ ਪਾਇਆ ਪ੍ਰਭ ਆਪਣਾ ਜਿਨ੍ਹਾਂ ਨੇ ਵੈਗਰੂ ਨੂੰ ਆਪਣਾ ਸਮਝ ਲਿਆ ਨਾ ਉਹਨੂੰ ਪ੍ਰਾਪਤੀ ਹੋ ਗਏ ਆਏ ਤਿਸ ਹੈ ਗਣਾ ਇਹ ਮੇਰੇ ਪਾਤਸ਼ਾਹ ਕਹਿੰਦੇ ਦਰ ਅਸਲ ਉਹਨਾਂ ਦਾ ਆਉਣਾ ਹੈ ਸਫਲਾ ਉਹੋ ਗਿਣਤੀ ਨੇ ਜਿਨ੍ਹਾਂ ਰੱਬ ਨੂੰ ਚੇਤੇ ਕੀਤਾ ਤੇ ਜਿਨ੍ਹਾਂ ਚੇਤੇ ਨਹੀਂ ਕੀਤਾ ਉਹ ਗਿਣਤੀ ਵਿੱਚ ਨਹੀਂ ਕਈ ਆਏ ਤੇ ਕਈ ਚਲੇ ਗਏ ਸੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਉਸ ਵਹਿਰੂ ਦੀ ਵਡਿਆਈ ਕੀਤੀ ਉਹ ਗਿਣਤੀ 'ਚ ਨੇ ਲੇਖੇ ਚ ਹਨ ਇੱਕ ਖਿੰ ਤਿਸ ਬਿਨ ਜੀਵਣਾ ਜਿਹੜਾ ਵਿਖੋ ਹੁਣ ਪਰਮੇਸ਼ਰ ਦੇ ਪਿਆਰਿਆਂ ਦੀ ਗੱਲ ਆਪਾਂ ਨੂੰ ਤਾਂ ਚੇਤਾ ਹੀ ਨਹੀਂ ਹੁੰਦਾ ਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਇੱਕ ਖੰਨ ਵੀ ਜਿਹੜਾ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜਿਉਣਾ ਹੈ ਬਿਰਥਾ ਜਨਮ ਜਣਾ ਇਹ ਭਾਈ ਮਨੁੱਖਾਂ ਦਾ ਜਨਮ ਅਸਫਲ ਕਿਸੇ ਲੇਖੇ ਚ ਨਹੀਂ ਫਜ਼ੂਲ ਹੈ ਜਣਾ ਦਾ ਸਭ ਮਨੁੱਖ ਆ ਤੁਸੀਂ ਕਿਤੇ ਸਾਡੇ ਇਲਾਕੇ ਹੀਮਕਨ ਵਾਲੇ ਆਰੇ ਜਾਓ ਤੋ ਕਹਣਗੇ ਅਸੀਂ ਦੋ ਜਣੇ ਆਏ ਆ ਤੁਸੀਂ ਕਿੰਨੇ ਜਣੇ ਆਇਓ ਇਹ ਇਲਾਕੇ ਦੀ ਬੋਲੀ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵੀ ਉਹਨਾਂ ਮਨੁੱਖਾਂ ਦਾ ਜਨਮ ਬ੍ਰਥਾ ਹੈ ਜਿਹੜੇ ਇੱਕ ਖਿੰਨ ਵੀ ਪਰਮਾਤਮਾ ਨੂੰ ਭੁੱਲ ਗਏ ਜਲ ਥਲ ਮਹੀ ਅਲ ਪੂਰਿਆ ਜਲ ਪਾਣੀ ਦੇ ਵਿੱਚ ਸਾਲ ਧਰਤੀ ਦਾ ਉੱਪਰਲਾ ਹਿੱਸਾ ਮਹੀ ਧਰਤੀ ਤੇ ਅਲ ਆਕਾਸ਼ ਰਵਿਆ ਵਿੱਚ ਵਣਾ ਉਹ ਭਾਈ ਜੰਨੀ ਬਨਸਪਰੀ ਹੈ ਨਾ ਉਹਦੇ ਵਿੱਚ ਹੀ ਵਿਆਪਕ ਹੈ ਜਲਤਲ ਮੈਲ ਪੂਰਿਆ ਸੁਆਮੀ ਸੱਡਣ ਹਾਰ ਸੋ ਪ੍ਰਭ ਚਿਤ ਨ ਆਵੈ ਜਿੰਨਾਂ ਨੂੰ ਭਾਈਓ ਪਰਮਾਤਮਾ ਚੇਤੇ ਨਹੀਂ ਆਉਂਦਾ ਕਿਤੜਾ ਦੁੱਖ ਗਣਾ ਉਹਦਾ ਕੰਨਾ ਕਦੋਂ ਗੁਰਮੁਖੋ ਅਸੀਂ ਕੀ ਕਹਿਣਾ ਕਰੀਏ ਜਿਨੀ ਰਾਵਿਆ ਸੋ ਪ੍ਰਭ ਜਿਨ੍ਹਾਂ ਨੇ ਉਸ ਬਾਲਕ ਪਰਮਾਤਮਾ ਨੂੰ ਉਚਾਰਨਾ ਕੀਤਾ ਚੇਤੇ ਕੀਤਾ ਤਿੰਨਾ ਭਾਗ ਮਣਾ ਉਹਨਾਂ ਦੇ ਮਣਾ ਮੁਈ ਭਾਗ ਨੇ ਉਹ ਵੱਡੇ ਭਾਗਾ ਵਾਲੇ ਹਨ ਅਰ ਦਰਸਨ ਕਉ ਮਨ ਲੋਚਦਾ ਇਹ ਬੜੀ ਪੂਨ ਪ੍ਰਮਾਤਮਾ ਤੇਰੇ ਦਰਸ਼ਨ ਕਰਨ ਨੂੰ ਮਨ ਚਾਹੁੰਦਾ ਹੈ ਨਾਨਕ ਪਿਆਸ ਮਨਾ ਇਹ ਸਾਡੇ ਮਨ ਵਿੱਚ ਪਿਆਸ ਹੈ ਤੇਰੇ ਦਰਸ਼ਨ ਕਰਨ ਦੀ ਚੇਤ ਮਿਲਾਏ ਸੋ ਪ੍ਰਭੂ ਇਹ ਚੇਤੇ ਮਿਹਨੇ ਨੂੰ ਬਿੰਬ ਬਣਾ ਕਰਕੇ ਮੇਰੇ ਪਾਤਸ਼ਾਹ ਸਿਖਿਆ ਦਿੰਦੇ ਹਨ ਤਿਸ ਕੈ ਪਾਏ ਲੱਗਾ ਜਿਹੜੇ ਭਾਈ ਪ੍ਰਮਾਤਮਾ ਨੂੰ ਮਲਾਉਣ ਦਾ ਵਸੀਲਾ ਬਣਦੇਵੇਂ ਉਹਨਾਂ ਗੁਰਮਖ ਪਿਆਰੇ ਦੀ ਪੈਰੀ ਪੈਂਦਾ ਮੈਂ ਉਹਨਾਂ ਦੇ ਚਰਨੀ ਲੱਗਦਾ ਹੈ ਜਿਹੜੇ ਉਸ ਪਰਿਪੂਰਨ ਪ੍ਰਮਾਤਮਾ ਨਾਲ ਜੋੜਦੇ ਨੇ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮ ਤਾਂ ਕਰਨ ਸਾਡੀ ਅਵਸਥਾ ਬਣੇ ਉਹ ਸਾਨੂੰ ਵਹਿਗੁਰੂ ਨਾਮ ਭੁੱਲੇ ਇਹ ਪਰਿਪੂਰਨ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਦਇਆ ਕਰਨ ਆਪਣੀ ਦਰੋਂ ਘਰੋਂ ਸਿੱਖੀ ਸਦਕ ਭਰੋਸੇ ਦੀ ਦਾਤ ਬਖਸ਼ਣ ਹਰ ਸਾਲ ਦੀ ਤਰ੍ਹਾਂ ਜਦੋਂ ਚੇਤੀ ਸੰਗਰਾਮ ਤੋਂ ਦੀ ਗੁਰਮੁਖ ਪਿਆਰੇ ਲੰਗਰ ਆਪਣੇ ਘਰਾਂ 'ਚੋਂ ਸਦਾ ਆ ਕੇ ਲਿਆਉਂਦੇ ਨੇ ਤੇ ਮੁੜ ਕੇ ਗੁਰੂ ਕੇ ਸੰਗਤਾਂ ਸ਼ਕਦੀਆਂ ਨੇ ਇਸੇ ਤਰ੍ਹਾਂ ਗੁਰੂ ਕਾ ਲੰਗਰ ਇੱਥੇ ਆ ਚੁੱਕਾ ਹੈ ਅਰਦਾਸ ਤੋਂ ਬਾਅਦ ਸੰਗਤ ਦੇ ਚਰਨਾਂ 'ਚ ਬੇਨਤੀ ਪਾਈ ਗੁਰੂ ਕਾ ਲੰਗਰ ਛੱਕ ਕੇ ਜਾਓ ਗੁਰੂ ਕਾ ਧੰਨਵਾਦ ਕਰੋ ਪੁੱਲਾਂ ਚੁੱਕਾਂ ਦੀ ਮਾਫੀ ਜੀ ਹਰ ਦਰਸਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਇਸ ਕੈ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ